Thank you.
Thank you.
ਆਰਾਧੋ ਪਿਆਰੇ, ਦਿਨ ਰਾਤੀ ਆਰਾਧੋ ਪਿਆਰੇ, ਨਿਮਖ ਨ ਕੀਜੇ ਜੀਰਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਸ ਹੈ ਕਾਮ ਬਿਨਾ, ਸੋ ਐਸਾ ਹਰ ਜਾਈਏ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ, ਜਪ ਮਨ ਸਤਨਾ, ਜਪ ਮਨ ਸਤਨਾ, ਸਦਾ ਸਤਨਾ, ਹਲਤ ਪਲਤ ਮੁਖ ਉਜਲ ਹੋਈਏ, ਨਿਤ ਧਿਆਈਏ ਹਰ ਪੁਰਖ ਨਿਰੰਜਨਾ, ਜੈ ਹਰ ਸਿਮਰਨ ਬਿਆ, ਤੈ ਉਪਾਦ ਗਤ ਕੀ ਉਪਟ ਭਾਗੀ ਹਰ ਜਪਨਾ, ਜਨਾ ਨਿਤ ਕਉ ਗੁਰ ਐ ਮਤ ਕੀਨੀ, ਨਾਨਕ ਕਉ ਗੁਰ ਹੈ ਮਤ ਕੀਨੀ, ਜਪ ਹਰ ਭਉ ਜਲ ਕਰਨਾ, ਦਿਨ ਰਾਤੀ ਆਰਾਧੋ ਪਿਆਰੇ, ਨਿਮਖ ਨ ਕੀਜੇ ਠੀਲਾ, ਹਰ ਜਪਦਿਆ ਖਿਲ ਠਿਲ ਨ ਕੀਜੇ ਮੇਰੀ ਜ਼ਿੰਦਗੀ, ਮਰਾ
ਚੁਨੀ ਆਮ ਤਨ ਨਪੂਤ ਮਰਾ ਮਗਨ ਪਹਿਲਾਂ ਉਹ ਕੰਮ ਕਰਨ, ਬਾਕੀ ਕੰਮ ਤਾਂ ਹੁੰਦੇ ਰਹਿਣਗੇ। ਇਸ ਜਨਮ ਵਿੱਚ ਨਾ ਹੋਏ ਅਗਲੇ ਜਨਮ ਵਿੱਚ ਹੋ ਜਾਣਗੇ। ਜੇ ਕਿਸੇ ਜਨਮ ਜੂਨੀ ਵਿੱਚ ਵੀ ਫਟਕੇਗਾ ਇਹ ਬਾਕੀ ਕੰਮ ਉੱਥੇ ਵੀ ਹੋ ਜਾਣਗੇ। ਕਿਉਂਕਿ ਨਿੰਦਰਾ ਭੋਜਨ ਭੋਗ ਭੈ ਇਹ ਬਸ ਪੁਰਖ ਸਮਾਨ, ਇਹ ਚਾਰ ਗੱਲਾਂ ਪਸ਼ੂ ਔਰ ਮਨੁੱਖ ਦੀਆਂ ਇੱਕੋ ਜਿਹੀਆਂ, ਕੋਈ ਫਰਕ ਨਹੀਂ। ਇਤਨਾ ਕੁ ਫਰਕ ਹੈ ਬਈ ਮਨੁੱਖ ਨੇ ਨੀਂਦਰ ਕੀਤੀ ਹੈ ਨਿਵਾਰੀ ਪਲੰਘ ਤੇ, ਸੁੱਤਾ ਬੂਹਾ ਬੰਦ ਕਰਕੇ ਵੀ ਮੈਨੂੰ ਕੋਈ ਜਗਾਏ ਨਾ, ਮੈਂ ਆਰਾਮ ਕਰਨਾ ਹੈ। ਪਰ ਪਸ਼ੂ ਨੂੰ ਇਹ ਆਰਾਮ ਮੁਯੱਸਰ ਨਹੀਂ, ਨੀਂਦ ਉਹ ਵੀ ਕਰ ਲੈਂਦਾ। ਇਹ ਨਹੀਂ ਵੀ ਪਸ਼ੂ ਨੂੰ ਕੋਈ ਜਗਾਏ ਨਾ, ਆਰਾਮ ਪਿਆ ਕਰਦਾ, ਪਸ਼ੂ ਦਾ ਲਿਆਜ ਕੋਈ ਨਹੀਂ ਕਰਦਾ। ਪਰ ਨੀਂਦਰ ਉਹ ਵੀ ਕਰਦਾ ਭਾਵੇਂ ਕਿੱਲੇ ਨਾਲ ਵੱਧਾ ਹੋਇਆ ਖੁਰਲੀ ਤੇ ਸਿਰ ਰੱਖ ਕੇ ਕਰ ਲਵੇ। ਜਦ ਨੀਂਦ ਆ ਗਈ ਭਾਵੇਂ ਮਨੁੱਖ ਨੂੰ ਭਾਵੇਂ ਪਸ਼ੂ ਨੂੰ ਬਰਾਬਰ ਹੋ ਗਏ, ਨਾ ਉਸਨੂੰ ਚੇਤਾ ਰਿਹਾ ਕਿ ਮੈਂ ਮਨੁੱਖ ਹਾਂ। ਕਈ ਵਾਰੀ ਮਨੁੱਖ ਵੀ ਜਿਸ ਵੇਲੇ ਸੁੱਤਾ ਹੁੰਦਾ ਹੈ ਨੀਂਦਰ ਗੂੜੀ ਆਈ ਹੁੰਦੀ ਹੈ, ਸੁਪਨੇ ਵਿੱਚ ਖਬਰ ਨਹੀਂ ਕੀ ਕੁਝ ਬਣਿਆ ਫਿਰਦਾ। ਸਾਹਿਬ ਆਖਦੇ ਨੇ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਰਾਜਾ ਸਿੰਘਾਸਨ ਤੇ ਬੈਠਾ ਬੈਠਾ ਹੀ ਸੌ ਗਿਆ। ਸਿੰਘਾਸਨ ਤੇ ਬੈਠਾ ਰਾਜੇ ਨੂੰ ਊਂਘ ਆ ਗਈ, ਸੁਪਨਾ ਕੀ ਦੇਖਿਆ ਭਿਖਾਰੀ ਔਰ ਮੰਗਦਾ ਫਿਰਨਾ, ਬੂਹੇ ਬੂਹੇ ਤੇ ਮੰਗਦਾ ਫਿਰਦਾ ਭਿਖਿਆ, ਜਲੀ ਅੱਡ ਕੇ ਕੋਈ ਖਰੈਤ ਪਾਉਂਦਾ ਕੋਈ ਨਹੀਂ ਪਾਉਂਦਾ, ਜੋ ਖਰੈਤ ਪਾ ਦਿੰਦਾ ਉਹਨੂੰ ਦੁਆਵਾਂ ਦਿੰਦਾ, ਜੋ ਨਹੀਂ ਪਾਉਂਦਾ ਉਸ ਵੇਲੇ ਛੁੱਟਦਾ। ਗੁੱਸਾ ਵੀ ਆਉਂਦਾ ਸੀ ਪਰ ਬੇਬਸੀ ਤੇ ਵਿਚਾਰਾ
ਸਿਵਾਏ ਖਾਮੋਸ਼ੀ ਦੇ ਹੋਰ ਕੀ ਕਰ ਸਕਦਾ। ਪਰ ਸਾਧ ਸੰਗਤ ਇਹ ਭਿਖਾਰੀ ਤਾਂ ਨਹੀਂ, ਭਿਖਾਰੀ ਕਿਸ ਨੇ ਬਣਾਇਆ ਸੁਪਨੇ ਨੇ, ਕਿਉਂਕਿ ਸੁਪਨੇ ਵਿੱਚ ਚੇਤਾ ਨਾ ਰਿਹਾ ਕਿ ਮੈਂ ਬਾਦਸ਼ਾਹ ਹਾਂ, ਮੈਂ ਰਾਜਾ ਹਾਂ। ਕੋਈ ਇਸ ਦੀ ਅੰਦਰਲੀ ਪੀੜਾ ਨੂੰ ਜਾਣਨ ਵਾਲੇ ਸਨ ਮਹਾਂਪੁਰਖ ਅਚਾਨਕ ਆ ਗਏ, ਉਹਨਾਂ ਬਾਹਰ ਨਾ ਤੱਕਿਆ ਅੰਦਰ ਜਾਤੀ ਪਾਈ, ਭਲਾ ਰਾਜਾ ਇਸ ਵੇਲੇ ਕੀ ਪਿਆ ਕਰਦਾ ਔਰ ਕਿੱਥੇ ਹੈ, ਜਾਂ ਵੇਖਿਆ ਤਾਂ ਭਿਖਾਰੀ ਹੈ ਔਰ ਬੜਾ ਦੁੱਖ ਪਾ ਰਹੇ। ਮਹਾਤਮਾ ਨੇ ਮੋਢੇ ਤੇ ਹੱਥ ਰੱਖ ਕੇ ਝੰਜੋਣਿਆ, ਰਾਜਨ ਜਾਂ ਰਾਜਾ ਜਾਗਿਆ ਤਾਂ ਭਿਖਾਰੀ ਨਹੀਂ ਸੀ, ਉਹ ਤਾਂ ਰਾਜਾ ਸੀ, ਪਹਿਲਾਂ ਵੀ ਸੀ, ਹੁਣ ਵੀ ਰਾਜਾ ਹੈ, ਭਿਖਾਰੀ ਕਿਹਨੇ ਬਣਾਇਆ, ਸੁਪਨੇ ਨੇ। ਤੇ ਸੁਪਨਾ ਕਦੋਂ ਟੁੱਟਾ, ਜਦੋਂ ਜਾਗ ਆ ਗਿਆ। ਪਰ ਇਹ ਤਾਂ ਸੁਪਨਾ ਨੀਂਦ ਵਿੱਚ ਆਉਂਦਾ ਹੈ ਨਾ, ਇੱਕ ਅਪ੍ਰਤੱਖ ਵੀ ਸੁਪਨਾ ਹੈ, ਜੋ ਕੁਝ ਪੈ ਦੇਖਦੇ ਹਾਂ ਸਹਿਬ ਆਖ ਦਿਨ ਜਿਉ ਸੁਪਨਾ ਅਰ ਵੇਖਣਾ ਐਸੇ ਜਗ ਕਉ ਜਾ। ਫਰਕ ਇਤਨਾ ਹੈ ਬਈ ਜੇ ਕੋਈ ਸੁਤਿਆ ਸੁਪਨਾ ਵੇਖੇ ਤਾਂ ਉਹਨੂੰ ਜਗਾਇਆ, ਜਿਸ ਵੇਲੇ ਜਾਗ ਆਈ ਸੁਪਨਾ ਟੁੱਟ ਗਿਆ। ਤੇ ਇਹ ਪ੍ਰਤੱਖ ਦਾ ਸੁਪਨਾ ਜੋ ਜਾਗਦਿਆਂ ਪੈ ਵੇਖਦਿਆਂ, ਇਹ ਉਸ ਵੇਲੇ ਟੁੱਟਦਾ ਜਿਸ ਵੇਲੇ ਅੱਖ ਮੀਟੀ ਜਾਏ। ਤੇ ਜਾਂ ਫਿਰ ਸਾਧ ਸੰਗਤ ਦੀ ਕਿਰਪਾ ਹੋਵੇ ਔਰ ਇਸਦਾ ਮਨ ਜਾਗ ਪਵੇ। ਕੌਣ ਜਗਾਏ ਜਿਸ ਤੇ ਸੂਤਾ ਨਾਨਕਾ ਜਗਾਵੇ ਸੋਈ। ਕੋਈ ਅੰਤਰ ਆਤਮੇ ਜਾਤੀ ਪਾ ਸਕਦਾ ਹੋਵੇ ਨਾ, ਕਿਉਂਕਿ ਸਾਡਾ ਮਨ ਸੁੱਤਾ ਪਿਆ, ਜਾਂ ਮਨ ਸੁੱਤਾ ਤੇ ਫਿਰ ਬਾਕੀ ਵੀ ਸੌਂਗਾ। ਜੇ ਰਾਜੇ ਦੀ ਬੁੱਧੀ ਭ੍ਰਿਸ਼ਟ ਹੋ ਜਾਏ ਤਾਂ ਅਹਿਲਕਾਰ ਵਿਚਾਰੇ ਕਿਆ ਕਰਨਗੇ। ਤੂੰ ਆਖਿਆ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਅੱਖਾਂ ਸੌਂ ਗਈਆਂ ਕਿਉਂਕਿ ਇਹਨਾਂ ਦੀ ਨਜ਼ਰ ਮਹਿਲੀ ਹੋ ਗਈ। ਜਿਨ੍ਹਾਂ ਅੱਖਾਂ ਦੀ ਨਜ਼ਰ ਮਹਿਲੀ ਹੈ ਉਹ ਅੱਖਾਂ ਸੁੱਤੀਆਂ ਪਈਆਂ, ਉਹ ਨੈਣ ਸੌ ਚੁੱਕੇ, ਉਹਨਾਂ ਵਿੱਚ ਜਾਗਰਤ ਹੈ ਨੇ। ਜੇ ਜਾਗ ਹੁੰਦੀ ਤੇ ਹੋਸ਼ ਵੀ ਨਾਲ ਹੁੰਦੀ, ਕਿਉਂਕਿ ਜਾਗ ਤੇ ਹੋਸ਼ ਦਾ ਮੇਲ ਹੈ। ਜਿਸ ਵੇਲੇ ਬੰਦਾ ਜਾਗਦਾ ਹੋਵੇ ਸੁਰਤ ਵਿੱਚ ਹੁੰਦਾ, ਹੋਸ਼ ਵਿੱਚ ਹੁੰਦਾ, ਸੌ ਜਾਏ ਵੀ ਹੁਣ ਹੋਸ਼ ਕੋਈ ਨਹੀਂ ਸੁਣ। ਇਸੇ ਤਰ੍ਹਾਂ ਉਹ ਬੇਹੋਸ਼ਾ ਹੋ ਗਿਆ ਜਿਸਦੀ ਅੱਖ ਵਿੱਚ ਜਾਗ ਨਾ ਰਹੀ। ਜੇ ਜਾਗ ਨਾ ਰਹੀ ਅੱਖ ਮੈਲੀ ਹੋ ਗਈ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਜਾਂ ਅੱਖਾਂ ਸੌ ਗਈਆਂ, ਕੰਨਾਂ ਆਖਿਆ ਸਾਨੂੰ ਜਾਗਣ ਦੀ ਕੀ ਲੋੜ, ਨੀਂਦ ਕੰਨਾਂ ਨੂੰ ਵੀ ਆਉਣ ਲੱਗ ਪਈ। ਕੰਨਾਂ ਦੀ ਨੀਂਦ ਕਿਹੜੀ ਆ ਵੀ ਨਿੰਦਿਆ ਚੁਗਲੀ ਵਿੱਚ ਪਰ ਵਿਰਤ ਰਹਿਣਾ। ਜਿਸ ਨੂੰ ਨਿੰਦਿਆ ਚੁਗਲੀ ਮਿੱਠੀ ਲੱਗਦੀ ਹੈ ਜਾਣੋ ਇਸਦੇ ਕੰਨ ਸੁੱਤੇ ਪਏ ਹਨ। ਜੇ ਕੰਨ ਜਾਗਦੇ ਹੁੰਦੇ ਤਾਂ ਕੰਨ ਕੀਰਤਨ ਸੁਣਦੇ, ਕੰਨਾਂ ਨੂੰ ਕੀਰਤਨ ਆਧਾਰ ਹੁੰਦਾ, ਮਿੱਠਾ ਲੱਗਦਾ। ਪਰ ਜੇ ਕੰਨ ਕੀਰਤਨ ਵਿੱਚ ਆ ਕੇ ਨਹੀਂ ਰੱਤੇ ਤਾਂ ਜਾਣੋ ਇਹ ਕੰਨ ਸੁੱਤੇ ਪਏ ਹਨ, ਇਹਨਾਂ ਨੂੰ ਨੀਂਦ ਆਈ ਹੋਈ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਨ ਸੋਏ ਸੁਣ ਨਿੰਦ ਵਿਚਾਰ। ਜਿਸ ਵੇਲੇ ਅੱਖਾਂ ਸੌ ਗਈਆਂ, ਕੰਨ ਸੌ ਗਏ, ਜਵਾਨ ਨੂੰ ਕਿਵੇਂ ਜਾਗੇ, ਇਹ ਵੀ ਸੌ ਗਏ, ਇਹਨੂੰ ਵੀ ਨੀਂਦ ਆ ਗਈ। ਰਸਨਾ ਸੋਈ ਲੋਭ ਮਿੱਠੇ ਸਵਾਦ, ਇਹ ਸਵਾਦਾਂ ਵਿੱਚ ਰਚ ਗਏ ਨਿਤ ਨਵੇਂ ਸਵਾਦ। ਅੱਜ ਫਲਾਣੀ ਚੀਜ਼ ਬਣਾਓ, ਅੱਜ ਫਲਾਣੀ ਸ਼ਾਹ ਬਣਾਓ, ਹਰ ਵੇਲੇ ਇਸ ਨੂੰ ਖਾਣ ਦਾ ਚਸਕਾ, ਨਿਤ ਨਵੇਂ ਸਵਾਦਾਂ ਦੀ ਲਗਨ। ਇਹ ਨਾਮ ਕਦੋਂ ਜਪੇਗੀ, ਕਿਉਂ
ਜਪੇ ਬਿਨਾਂ ਰਸ ਨਹੀਂ ਆਉਣਾ, ਤੇ ਜਿੰਨਾ ਚਿਰ ਉਹ ਰਸ ਨਹੀਂ ਆਉਣਾ ਇਹਨਾਂ ਰਸਾਂ ਨੇ ਜਾਣਾ ਨਹੀਂ। ਤੋ ਜਵਾਨ ਸੌਂ ਗਈ, ਜਿਸ ਵੇਲੇ ਜਵਾਨ ਨੂੰ ਚਸਕਾ ਪੈ ਗਿਆ ਖਾਣ ਪੀਣ ਦਾ, ਰਸਨਾ ਸੋਈ ਲੋਭ ਮਿੱਠੇ ਸਵਾਦ, ਮਨ ਸੋਇਆ ਮਾਇਆ ਵਿਸਮਾ, ਮਨ ਨੂੰ ਮਾਇਆ ਦੀ ਭੁੱਖ ਲੱਗ ਗਈ। ਹਰ ਵੇਲੇ ਮਾਇਆ ਮਾਇਆ ਕੂਕਦਾ ਫਿਰਦਾ, ਮਾਇਆ ਦੀ ਲਗਨ ਲੱਗੀ ਹੋਈ, ਭਟਕਦਾ ਫਿਰਦਾ ਵਿਚਾਰਾ ਕਿਵੇਂ, ਜਿਵੇਂ ਦੁਆਰੇ ਦੁਆਰੇ ਸਵਾਨ ਜਿਉਂ ਡੋਲਣ, ਕੁੱਤਾ ਜਿਵੇਂ ਭੁੱਖ ਲੱਗੀ ਹੋਵੇ ਨਾ, ਤੇ ਗਲੀ ਦੇ ਹਰ ਬੂਹੇ ਤੇ ਆਣ ਕੇ ਖੜੋਂਦਾ ਔਰ ਹਰ ਦਲੀਜ ਨੂੰ ਸੁੰਘਦਾ, ਪਤਾ ਨੀ ਕਿੱਥੋਂ ਟੁੱਕਰ ਪੈ ਜਾਏ। ਇਸੇ ਤਰ੍ਹਾਂ ਮਾਇਆ ਦਾ ਲੋਭੀ ਮਨ ਹਰ ਬੰਦੇ ਅੱਗੇ ਨਿਤਾਣਾ ਹੋ ਕੇ ਖੜੋਂਦਾ, ਖਬਰ ਨਹੀਂ ਕਿੱਥੋਂ ਸਵਾਰਥ ਪੂਰਾ ਹੋਵੇ। ਦੁਆਰੇ ਦੁਆਰੇ ਸਵਾਨ ਜਿਉਂ ਡੋਲਤ, ਨਹੀਂ ਸੁਧ ਰਾਮ ਭਜਨ। ਇਹਨੂੰ ਪਰਮੇਸ਼ਵਰ ਦੇ ਭਜਨ ਦੀ ਸੁਧੀ ਨੇ, ਸੁਧ ਹੁੰਦੀ ਤੇ ਇਸ ਨੂੰ ਖਿਆਲ ਹੁੰਦਾ ਕਿ ਦੇਣ ਵਾਲਾ ਵਾਹਿਗੁਰੂ ਹੈ, ਮੈਂ ਬੰਦਿਆਂ ਦਾ ਬੰਦਾ ਕਿਉਂ ਬਣਦਾ ਫਿਰਦਾ। ਭਾਈ ਸਾਹਿਬ ਆਖਦੇ ਨੂੰ ਸਤਿਗੁਰੂ ਸਾਹਿਬ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ, ਜੋ ਮਨਮੁੱਖ ਹਨ, ਮਨ ਦੇ ਮਗਰ ਲੱਗਣ ਵਾਲੇ, ਜਿਨ੍ਹਾਂ ਤੇ ਮਨ ਪ੍ਰਬਲ ਹੋਇਆ ਹੋਇਆ, ਉਹ ਬੰਦਿਆਂ ਦੇ ਬੰਦੇ ਹਨ, ਬੰਦਿਆਂ ਦੀਆਂ ਗੁਲਾਮੀਆਂ ਕਰਦੇ ਹਨ, ਬੰਦਿਆਂ ਦੇ ਅੱਗੇ ਹੱਥ ਪਸਾਰਦੇ ਹਨ, ਔਰ ਵਾਹਿਗੁਰੂ ਦਾਤਾ ਉਹਨਾਂ ਨੂੰ ਵਿਸਰ ਗਿਆ। ਮਨ ਸੋਇਆ ਮਾਇਆ ਵਿਸਮਾਦ, ਕਿਵੇਂ ਜਾਗੇ ਇਹ ਮਨ, ਕਿਵੇਂ ਜਾਗੇ ਬਈ, ਸੁੱਤਾ ਪਿਆ ਸੀ ਤਾਂ ਬਾਦਸ਼ਾਹ ਸਿੰਘਾਸਨ ਤੇ ਬੈਠਾ, ਸੌਂ ਗਿਆ ਭਿਖਾਰੀ ਬਣਿਆ ਫਿਰਦਾ, ਇਹਨੂੰ ਬਈ ਕੋਈ ਜਗ੍ਹਾ ਦੇ। ਉਹ ਬਾਦਸ਼ਾਹ ਹੈ ਮਨ, ਤੂੰ ਜੋਤ ਸਰੂਪ ਹੈ, ਪਰ ਆਪਣਾ ਮੂਲ ਪਛਾਣ। ਜਿਸ ਵੇਲੇ ਤੂੰ ਆਪਣਾ ਮੂਲ ਭੁੱਲ ਗਿਆ, ਫਿਰ ਤੂੰ ਕੰਗਲਾ ਹੋ ਗਿਆ, ਮੁਥਾਜ ਹੋ ਗਿਆ। ਕਹ ਕਬੀਰ ਤੂੰ ਰਾਮ ਕੀ ਅੰਸ਼, ਹੇ ਜੀਵ ਤੂੰ ਤਾਂ ਵਾਹਿਗੁਰੂ ਦੀ ਅੰਸ਼ ਹੈ, ਤੂੰ ਤਾਂ ਉਸ ਸ਼ਹਿਨ ਸ਼ਾਹ ਦਾ ਸ਼ਹਿਜ਼ਾਦਾ ਹੈ, ਇਸ ਦੀ ਇਹ ਕੁੱਲ ਕਾਇਨਾਤ ਹੈ, ਤੂੰ ਜੋ ਮੰਗਤਾ ਹੋਇਆ ਫਿਰਨੇ, ਤੂੰ ਆਪਣੇ ਪਿਤਾ ਨਾਲ ਬਣਾਈ ਨਹੀਂ, ਪਿਤਾ ਦੀ ਤੂੰ ਉਂਗਲੀ ਛੱਡ ਬੈਠਾ। ਸਾਧ ਸਿੰਘ ਵੱਲੋਂ ਸ੍ਰੀ ਵਾਹ। ਅੱਜ ਮੇਲਾ, ਬੱਚੇ ਨੇ ਆਖਿਆ ਬਾਪੂ ਚੱਲ ਮੇਲੇ ਚਲੀ, ਪਿਤਾ ਮੈਨੂੰ ਮੇਲਾ ਦਿਖਾ। ਬੱਚੇ ਬੜੀ ਭੀੜ ਹੋਣੀ ਹੈ, ਬਹੁਤ ਲੋਕ ਜਾਣਗੇ। ਬੱਚੇ ਨੇ ਰਿਆੜ ਕੀਤੀ, ਬਾਪ ਨੂੰ ਚੱਲਣਾ ਪੈ ਗਿਆ, ਪਰ ਉਸਨੇ ਚੱਲਣ ਵੇਲੇ ਤਾਕੀਦ ਕੀਤੀ, ਪੁੱਤਰਾ ਲੈ ਮੇਰੀ ਉਂਗਲ ਫੜ ਲੈ, ਇਹ ਨਾ ਛੱਡੀ। ਬੱਚੇ ਨੇ ਘੁੱਟ ਕੇ ਉਂਗਲੀ ਫੜ ਲਈ ਪਿਤਾ ਦੀ, ਪਿਤਾ ਪੁੱਤਰ ਨੂੰ ਮੇਲੇ ਚ ਲੈ ਚੱਲਿਆ। ਜਿਹੜੀ ਥਾਂ ਤੇ ਖੜੋਤਾ, ਭਾਵੇਂ ਪੁੱਤਰ ਨੇ ਆਖਿਆ ਨਹੀਂ ਆਖਿਆ, ਪੁੱਤਰ ਨੂੰ ਦੇਖ ਕੇ ਪਿਤਾ ਸਦਾ ਖੁਸ਼ ਹੁੰਦਾ। ਕਿਸੇ ਨੂੰ ਦੇਵੇ ਨਾ 10-20 ਹਜ਼ਾਰ, ਹੁਣ ਅਰਜ਼ੀਆਂ ਪਾਉਂਦਾ, ਪਰ ਪੁੱਤਰ ਨੂੰ ਆਪਣੀ ਉੱਥੀ ਕੱਢ ਕੇ ਦਿੰਦਾ, ਲੈ ਪੁੱਤਰਾ ਇਹ ਵੀ ਤੂੰ ਲੈ ਲੈ, ਆਪਣੀ ਉੱਥੀ ਪਿਆ ਲਿਖ ਕੇ ਦਿੰਦਾ, ਇਹ ਮਕਾਨ ਤੇਰਾ। ਪੁੱਤਰ ਜੋ ਪਿਆ ਜਿਸ ਦੁਕਾਨ ਤੇ ਖੜੋਤਾ ਪਿਤਾ, ਉੱਥੋਂ ਹੀ ਚੀਜ਼ਾਂ ਨਾਲ ਝੋਲੀ ਭਰ ਦੇ, ਮਠਿਆਈ ਲੈ ਦਿੱਤੀ, ਲੈ ਬੇਟਾ ਰੱਜ ਕੇ ਖਾ, ਪਰ ਨਾਲ ਨਾਲ ਤਾਕੀਦ ਵੀ ਕਰੀ ਜਾਂਦਾ, ਮੇਰੀ ਉਂਗਲੀ ਨਾ ਛੱਡੀ, ਪੀੜ ਬਹੁਤੀ ਹੈ, ਕਿਤੇ ਰੁੱਲ ਜਾਏਗਾ। ਆਖਿਰ ਹੋਇਆ ਕੀ ਸਾਧ ਸੰਗਤ, ਇੱਕ ਥਾਵੇਂ ਕੋਈ ਐਸੇ ਨਜ਼ਾਰੇ ਆਏ ਕਿ ਉਹ ਬੱਚਾ ਵੇਖਦਾ ਵੇਖਦਾ ਉਸੇ ਪਾਸੇ ਪਰਚ ਗਿਆ, ਪਿਤਾ ਦੀ ਉਂਗਲੀ ਛੁੱਟ ਗਈ। ਭੀੜ ਵਿੱਚ ਮੁੜ ਪਿਤਾ ਮਿਲਿਆ ਨਾ, ਇਹ ਬੱਚਾ ਰੁੱਲ ਗਿਆ।
ਮਾਵੇਂ ਮਠਿਆਈ ਨਾਲ ਝੋਲੀ ਭਰੀ ਹੋਈ ਹੈ ਪਰ ਉਹਨੂੰ ਖਾਵੇ ਕੌਣ? ਹੁਣ ਤਾਂ ਸਵਾਦ ਹੀ ਨਹੀਂ ਰਹੀ, ਹੁਣ ਤਾਂ ਰੋਂਦਾ ਹਾਏ ਪਿਤਾ ਹਾਏ ਬਾਪੂ ਕਿੱਧਰ ਗਏ? ਕਿਸਦੇ ਪਿਤਾ ਦਾ ਜਾਣੂ, ਕਿਸਦੇ ਪਿਤਾ ਦਾ ਮਿੱਤਰ ਅਚਾਨਕ ਜੋ ਲੰਘਿਆ ਤੇ ਰੋਣ ਦੀ ਆਵਾਜ਼ ਸੁਣੀ, ਪਰਤ ਕੇ ਤੱਕਿਆ ਮੇਰੇ ਮਿੱਤਰ ਦਾ ਪੁੱਤਰ ਹੈ। ਉਹਨੇ ਚੁੱਕ ਲਿਆ, ਗੱਲ ਨਾਲ ਲੈ ਲਿਆ, ਆ ਬੇਟਾ ਤੈਨੂੰ ਪਿਤਾ ਕੋਲ ਲੈ ਚੱਲਾਂ। ਉਹ ਜਿਸ ਵੇਲੇ ਉਸਦੇ ਪਿਤਾ ਕੋਲ ਲਿਆਇਆ, ਪੁੱਤਰ ਨੇ ਪਿਤਾ ਨੂੰ ਵੇਖਿਆ, ਪਿਤਾ ਨੇ ਆਪਣਾ ਪੁੱਤਰ ਪਛਾਣਿਆ, ਗਲਵੱਕੜੀ ਪਾ ਲਈ ਤੇ ਫਿਰ ਤੱਕਿਆ ਉਸ ਵੱਲ ਜਿਹੜਾ ਐਡੀ ਭੀੜ ਚੋਂ ਇਸਨੂੰ ਚੁੱਕ ਕੇ ਲਿਆਇਆ, ਜਿਸਨੇ ਵਿਛੜੇ ਬੱਚੇ ਨੂੰ ਪਿਤਾ ਦੇ ਨਾਲ ਆਣ ਕੇ ਮੇਲਿਆ, ਮੁੜ ਆਣ ਕੇ ਗੱਲ ਨਾਲ ਲਾਇਆ ਸੁ। ਉਸ ਵੇਲੇ ਪਿਤਾ ਨੇ ਆਪਣੇ ਮਿੱਤਰ ਵੱਲ ਤੱਕਿਆ ਤੇ ਉਸਦਾ ਸ਼ੁਕਰਾਨਾ ਗੁਜ਼ਾਰਿਆ, ਜੇ ਤੂੰ ਨਾ ਲਿਆ ਹੁੰਦਾ ਖਬਰ ਨਹੀਂ ਕਿਹਨਾਂ ਹੱਥਾਂ ਵਿੱਚ ਪੈ ਜਾਂਦਾ, ਕਿਹੜੇ ਪਾਸੇ ਬੱਚਾ ਰੁਲਦਾ। ਫਿਰ ਇਸਦਾ ਮਿਲਣਾ ਮੁਸ਼ਕਿਲ ਸੀ, ਸ਼ੁਕਰ ਹੈ ਤੇਰੀ ਨਜ਼ਰ ਪੈ ਗਈ ਹੈ। ਸਾਧ ਸੰਗਤ ਬੋਲੋ ਸ੍ਰੀ ਸਾਧ ਸੰਗਤ, ਇਹ ਸੰਸਾਰ ਮੇਲਾ ਹੈ, ਇਹ ਜੀਵ ਬੱਚੇ ਹਨ, ਬਾਲਕ ਹਨ। ਪਿਤਾ ਸਾਡਾ ਨਿਰੰਕਾਰ ਗੁਰੂ ਨਾਨਕ ਹੈ, ਉਹਨੇ ਤਾਕੀਦ ਕੀਤੀ ਹੈ, ਬੇਟਾ ਮੇਰੀ ਉਂਗਲੀ ਨਾ ਛੱਡੀ, ਨਿਤਨੇਮ ਨਾ ਛੱਡੀ। ਪਰ ਇਹ ਦੁਨੀਆਂ ਦੇ ਨਜ਼ਾਰਿਆਂ ਵਿੱਚ ਨਿਤਨੇਮ ਭੁੱਲ ਗਿਆ, ਜਾਂ ਭੁੱਲਿਆ ਤਾਂ ਫਿਰ ਵਿਛੜ ਗਿਆ, ਫਿਰ ਲੱਗਾ ਠੋਕਰਾਂ ਖਾਵਣ। ਜਿਹੜੇ ਪਾਸੇ ਤੱਕਦਾ ਕੋਈ ਸੁੱਖ ਨਹੀਂ, ਉਹੀ ਮੇਲਾ ਦੁੱਖ ਰੂਪ ਹੋ ਗਿਆ। ਪਰ ਕਿਸੇ ਮਿੱਤਰ ਨੇ ਦੇਖਿਆ, ਪਿਤਾ ਦੇ ਮਿੱਤਰ ਨੇ, ਪਿਤਾ ਦੇ ਪਿਆਰ ਵਾਲੇ ਨੇ, ਉਹ ਕੌਣ? ਉਹ ਸੰਤ ਜਨ। ਉਹਨਾਂ ਨੂੰ ਦਇਆ ਆਈ, ਤਰਸ ਆ ਗਿਆ, ਬੱਚੇ ਨੂੰ ਉਂਗਲੀ ਨਾਲ ਲਿਆ ਕੇ ਲਾ ਕੇ ਤੇ ਪਿਤਾ ਦੇ ਕੋਲ ਲਿਆਂਦਾ, ਲਓ ਜੀ ਇਹ ਵਿਛੜ ਗਿਆ ਸੀ। ਉਹਨੂੰ ਗੱਲ ਲਾ ਕੇ ਆਖਿਆ, ਆ ਬੇਟਾ ਕਿਤਨੀ ਵਾਰ ਆਖਿਆ ਅਸੀਂ ਉਂਗਲੀ ਨਾ ਛੱਡੀ, ਛੱਡ ਬੈਠੋ ਨਾ, ਕਿੱਡੇ ਦੁੱਖ ਪਾਏ ਨੀ, ਦੇਖ ਰੋ ਰੋ ਕੇ ਅੱਖਾਂ ਸੁੱਜ ਗਈਆਂ, ਫਿਰ ਵੀ ਸ਼ੁਕਰ ਹੈ ਮੇਰੇ ਮਿੱਤਰ ਦੇ ਹੱਥ ਆਇਆ ਜਿਸਨੇ ਮੇਰੇ ਤੱਕ ਪਹੁੰਚਾਇਆ ਹੈ। ਤੇ ਫਿਰ ਆਪਣੇ ਉਸ ਪਿਆਰੇ ਵੱਲ ਦੇਖਿਆ ਤੇ ਸਿਰ ਚੁਕਾ ਕੇ ਆਖਿਆ, ਜਿਨ ਜਪਿਆ ਤਿਸ ਕੋ ਬਲਿਹਾਰ, ਬਲਿਹਾਰ ਜਪਣ ਵਾਲਿਆ ਆ ਤੇਰੇ ਸਦਕੇ ਵਿਛੜਿਆ ਲਾਲ ਮੁੜ ਮਿਲਿਆ ਆਣ ਕੇ, ਨਹੀਂ ਤੇ ਖਬਰ ਨਹੀਂ ਕਿੱਥੇ ਭਟਕਦਾ। ਜਿਨ ਜਪਿਆ ਤਿਸ ਕੋ ਬਲਿਹਾਰ, ਤਿਸਕੇ ਸੰਗ ਤਰੇ ਸੰਸਾਰ, ਜਪਣ ਵਾਲਿਆ ਤੇਰੀ ਉਂਗਲੀ ਨਾਲ ਜੋ ਲੱਗਿਆ ਉਹ ਤਾਂ ਮੈਨੂੰ ਆਣ ਮਿਲਿਆ, ਪਰ ਜੋ ਤੇਰੇ ਇੱਥੋਂ ਵੀ ਛੁਟਕ ਗਿਆ ਉਹ ਤਾਂ ਭਟਕ ਗਿਆ। ਉਂਗਲੀ ਹੈ ਨਿਤਨੇਮ ਦੀ, ਸਿਮਰਨ ਦੀ, ਇਹ ਨਾ ਛੁੱਟੇ ਭਾਈ। ਤਾਕੀਦ ਕਿਹੜੀ ਕੀਤੀ ਹੈ? ਦਿਨ ਰਾਤੀ ਆਰਾਧ ਪਿਆਰੇ, ਉਹ ਦਿਨੇ ਵੀ ਰਾਤੀ ਵੀ। ਅਵਲ ਤੇ ਕੀਰਤਨ ਵਿੱਚ ਜ਼ਰੂਰ ਆ ਸ਼ਾਮ ਨੂੰ ਵੀ, ਪਰ ਜੇ ਨਹੀਂ ਆ ਸਕਦਾ, ਕੋਈ ਬੜੀ ਮਜਬੂਰੀ ਹੈ, ਸੌਣ ਵੇਲੇ ਕੀਰਤਨ ਸਵੇਲਾ ਪੜ ਲੈ, ਹਾਜ਼ਰੀ ਤਾਂ ਲਵਾ ਲੈ ਆਪਣੀ, ਨਿਰੰਕਾਰ ਦੀ ਤੇਰੇ ਉੱਤੇ ਨਜ਼ਰ ਤਾਂ ਪੈ ਜਾਏ ਬਈ ਇਹ ਵੀ ਮੇਰਾ ਹੈ। ਕਿਉਂ ਹੈ ਨਾ ਤਾਂ ਉਂਝ ਸਾਰੇ ਉਸੇ ਦੇ, ਪਰ ਸਦਾ ਨਜ਼ਰ ਲਾਇਕਾਂ ਤੇ ਪੈਂਦੀ ਹੈ। ਨਲਾਇਕਾਂ ਨੂੰ ਵੇਖ ਕੇ ਪਿਤਾ ਅੱਖਾਂ ਮੀਟ ਲੈਂਦਾ ਹੈ, ਮੇਰੇ ਮੱਥੇ ਨਾ ਲੱਗ। ਲਾਇਕ ਕੌਣ ਹਨ ਜੋ ਸੁਬਾ ਸ਼ਾਮ ਜਪਦੇ ਹਨ ਸ੍ਰੀ ਵਾਹ, ਦਿਨ ਰਾਤੀ ਆਰਾਧੋ ਪਿਆਰੇ, ਔਰ ਇਸ ਆਰਾਧਨ ਵਿੱਚ ਨਿਤਨੇਮ ਵੇਲੇ ਸਾਹਿਬ ਆਖਦੇ ਨੇ, ਨਿਮਖ ਨਾ ਕੀਜੇ ਢੀਲਾ, ਇੱਕ ਨਿਮਖ ਵੀ ਢਿੱਲ ਨਾ ਕਰ, ਕਿਉਂਕਿ ਜਪਣ ਤੋਂ ਚੰਗਾ ਹੋਰ ਕੰਮ ਕੋਈ ਨਹੀਂ। ਕਿਹੜੇ ਕੰਮ ਜ਼ਰੂਰੀ ਹੋਵਣ ਜਪਣ ਨਾਲ ਨਹੀਂ ਜੇ ਪੁੱਗਦੇ? ਨਾਮ ਤੁਲ ਕਛ ਅਵਰ ਨਾ ਹੋਏ, ਨਾਮ ਦੇ ਬਰਾਬਰ ਕੁਛ ਹੈ? ਕੁਛ ਵੀ ਨਹੀਂ।
ਇੱਕ ਸੇਠ ਬੜਾ ਦਾਨੀ ਸੀ, ਇੱਥੋਂ ਤੱਕ ਵੀ ਲੋੜਵੰਦ ਆਵੇ ਬੂਹੇ ਤੇ ਸੋਨਾ ਦਾਨ ਕਰਦਾ ਸੀ, ਕਿਉਂਕਿ ਸੋਨੇ ਦਾ ਇਸ ਕੋਲ ਭੰਡਾਰ ਸੀ, ਬੜੇ ਕੰਮ ਚੱਲਦੇ ਸਨ, ਬੜਾ ਧਨ ਆਉਂਦਾ ਸੀ। ਇਹਨੇ ਸਮਝਿਆ ਦਾਨ ਵਿੱਚ ਕਲਿਆਣ ਹੈ, ਬੂਹੇ ਖੋਲ ਦਿੱਤੇ, ਕੋਈ ਆਵੇ ਲੈ ਜਾ। ਤੇ ਫਿਰ ਛੁਪ ਛੁਪ ਕੇ ਪੁੱਛੇ ਆਪਣਿਆਂ ਮਿੱਤਰਾਂ ਨੂੰ, ਕਿਉਂ ਬਈ ਮੇਰੀ ਕਿੰਨੀ ਕੁ ਸੋਭਾ ਹੁੰਦੀ ਹੈ, ਕਿਉਂਕਿ ਦਾਨੀ ਨੂੰ ਸੋਭਾ ਦੀ ਬੜੀ ਭੁੱਖ ਹੁੰਦੀ। ਇਸੇ ਵਾਸਤੇ ਬਾਕੀ ਕਰਮ ਸਾਰੇ ਮੈਲੇ ਹਨ, ਇਹ ਹਉਮੈ ਮਿਟਦੀ ਨਹੀਂ, ਇਹ ਸਗੋਂ ਵਧਦੀ। ਜਿਸ ਵੇਲੇ ਪੁੱਛੇ ਤੇ ਜਿਹੜੇ ਤਾਂ ਉਹਨਾਂ ਚਾਹ ਪਲੂਸ, ਉੱਥੇ ਆਖਣ ਸੇਠ ਜੀ ਤੁਹਾਡੇ ਵਰਗਾ ਤਾਂ ਨਗਰ ਚ ਬੰਦਾ ਹੀ, ਲੋਕੀ ਤੁਹਾਡਾ ਸਵੇਰੇ ਉੱਠ ਕੇ ਨਾਮ ਲੈਂਦੇ ਹਨ, ਪਰ ਜਿਹੜੇ ਸਨ ਨਾ ਕੁਝ ਸਚਿਆਰ ਬੰਦੇ, ਜਿਹੜੀ ਖੁਸ਼ਾਮਦ ਕਰਨੀ ਹੈ ਕਿਸੇ ਦੀ, ਇਹ ਸੁਣਨ ਵਾਲੇ ਨੂੰ ਲੱਗਦੀ ਤਾਂ ਬੜੀ ਮਿੱਠੀ ਹੈ, ਪਰ ਸਮਝਦਾਰ ਜਾਣਦੇ ਹਨ ਕਿ ਉਸਦੇ ਸਿਰ ਵਿੱਚ ਸੁਆਹ ਪਾਣੀ, ਕਿਉਂਕਿ ਉਹ ਤਾਂ ਅੱਗੇ ਹੀ ਹਉਮੈ ਦਾ ਪੁਤਲਾ, ਹੋਰ ਫੁਲਾਓਗੇ ਹੋਰ ਚਿੱਬਾ ਬਣ ਜਾਏਗਾ। ਹੰਕਾਰੀ ਨੂੰ ਕਦੇ ਸੁੱਖ ਨਹੀਂ, ਹੰਕਾਰੀ ਦੀ ਅਕਲ ਵਿੱਚ ਸਦਾ ਸ਼ੇਖ ਹੁੰਦੇ ਹਨ, ਅਕਲ ਰਹਿੰਦੀ ਨਹੀਂ ਅੰਦਰ। ਜਿਹੜੇ ਮਿੱਤਰ ਸਨ ਨਾ ਅਸਲੀ ਮਿੱਤਰ ਸੱਚੇ ਸੁੱਚੇ, ਉਹ ਆਖਦੇ ਸਨ ਸੇਠ ਜੀ ਸੋਭਾ ਤੁਹਾਡੀ ਵੀ ਬੇਸ਼ੱਕ ਹੁੰਦੀ ਹੈ, ਪਰ ਜਿੱਥੇ ਨਾਮਦੇਵ ਦਾ ਜ਼ਿਕਰ ਆਉਂਦਾ ਨਾ, ਸੱਚੀ ਗੱਲ ਹੈ ਵੀ ਉੱਥੇ ਤਾਂ ਸਾਰਿਆਂ ਦੇ ਸਿਰ ਝੁੱਕ ਜਾਂਦੇ। ਨਾਮਦੇਵ ਵਿੱਚ ਕੀ ਖੂਬੀ ਹੈ, ਮੇਰੇ ਨਾਲੋਂ ਧਨਵਾਨ ਹੈ ਆਖਿਆ ਨਹੀਂ, ਗਰੀਬ ਹੈ ਚੌਂਪੜੀ ਵਿੱਚ ਰਹਿੰਦਾ, ਫਿਰ ਉਸਦੀ ਸੋਭਾ ਇਤਨੀ ਆਖੇ ਉਹ ਨਾਮ ਜਪਦਾ। ਨਾਮ ਜਪਣ ਵਾਲਾ ਮੇਰੇ ਮੁਕਾਬਲ, ਸਵੇਰ ਤੋਂ ਸ਼ਾਮ ਤੱਕ ਮੇਰੇ ਬੂਹੇ ਤੇ ਲੈਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ, ਔਰ ਮੈਂ ਦੇ ਹੀ ਜਾਂਦਾ, ਫਿਰ ਮੇਰੀ ਸੋਭਾ ਨਹੀਂ ਇਤਨੀ ਜਿਤਨੀ ਨਾਮਦੇਵ ਦੀ। ਵੀ ਕਿਸੇ ਤਰ੍ਹਾਂ ਪ੍ਰੇਰ ਕੇ ਨਾਮਦੇਵ ਨੂੰ ਵੀ ਮੇਰੇ ਬੂਹੇ ਤੇ ਲੈ ਆਓ, ਤੇ ਨਾਮਦੇਵ ਵੀ ਮੰਗਣ ਵਾਲਿਆਂ ਵਿੱਚ ਖੜੋਤਾ ਹੋਵੇ, ਕਦੇ ਲੋੜ ਪੈ ਜਾ ਉਸ ਐਸੀ ਕਿ ਆ ਜਾਵੇ ਮੇਰੇ ਬੂਹੇ ਉੱਤੇ, ਫਿਰ ਲੋਕੀ ਆਖਣ ਵੀ ਨਾਮਦੇਵ ਵੀ ਵੱਡਾ ਸੀ, ਨਾਮ ਜਪਦਾ ਸੀ, ਪਰ ਜਪਣ ਵਾਲਾ ਕਿੱਥੇ ਜੀ, ਦਾਨੀ ਬਹੁਤ ਵੱਡਾ ਹੈ ਜੋ ਜਪਣ ਵਾਲਿਆਂ ਦੀ ਵੀ ਪਾਲਣਾ ਕਰਦਾ। ਇਹ ਸਰੋਤ ਨਾਮਦੇਵ ਨੂੰ ਵੀ ਪੈ ਗਏ, ਸੇਠ ਨੂੰ ਆਪਣੇ ਦਾਨ ਦਾ ਐਡਾ ਅਪਮਾਨ ਹੈ, ਮੈਨੂੰ ਵੀ ਆਪਣੇ ਬੂਹੇ ਤੇ ਵੇਖਣਾ ਚਾਹੁੰਦਾ ਹੈ ਕਿ ਮੈਂ ਦੁਨੀਆਦਾਰ ਦੇ ਬੂਹੇ ਤੇ ਖੜੋਤਾ, ਉਸ ਵੱਲ ਭੁੱਖੀ ਨਜ਼ਰ ਨਾਲ ਵੇਖਾਂ, ਕੁਝ ਮੈਨੂੰ ਵੀ ਦੇ। ਨਾਮਦੇਵ ਜੀ ਆ ਗਏ, ਭੀੜ ਵਿੱਚ ਆਣ ਖੜੋਤੇ, ਕਿਸੇ ਨੇ ਸੇਠ ਦੇ ਕੰਨ ਵਿੱਚ ਆਖਿਆ ਲਓ ਸੇਠ ਜੀ ਮੁਰਾਦ ਪੂਰੀ, ਨਾਮਦੇਵ ਖੜੋਤਾ ਜੇ ਭੀੜ ਦੇ ਵਿੱਚ, ਬਹੁਤ ਅੱਛਾ, ਜਿਸ ਵੇਲੇ ਇਹਦੀ ਵਾਰੀ ਆਵੇ ਮੈਨੂੰ ਦੱਸੀ, ਜਰਾ ਕੁ ਮੈਂ ਗੱਲ ਕਰਨੀ ਹੈ ਇਹਦੇ ਨਾਲ। ਜਿਸ ਵੇਲੇ ਨਾਮਦੇਵ ਦੀ ਵਾਰੀ ਆਈ ਤੇ ਸੇਠ ਦੇ ਸਨਮੁਖ ਆਣ ਖੜੋਤਾ, ਸੇਠ ਨੂੰ ਦੱਸਣ ਵਾਲੇ ਦੱਸਿਆ ਵੀ ਇਹੀ ਹੈ। ਸੇਠ ਨੇ ਪੁੱਛਿਆ ਆਓ ਜਪਣ ਵਾਲਿਓ, ਆਓ ਜੀ ਆਇਓ, ਤੁਹਾਡੇ ਦੀਦਾਰ ਕੀਤੇ ਆ, ਸੁਣਿਆ ਪਾਪ ਕਟਿੰਦੇ ਹਨ, ਪਰ ਮੇਰੇ ਤੋਂ ਪਾਪ ਹੈ ਨਹੀਂ ਕੋਈ, ਮੈਂ ਤੇ ਜਿੱਦਣ ਦਾ ਜੰਮਿਆ ਲੱਖਾਂ ਕਰੋੜਾਂ ਵਿੱਚ ਖੇਡਣ ਲੱਗਾ, ਇਹ ਤੇ ਕੋਈ ਨਾ ਕੋਈ ਪਾਪ ਪਿਛਲਾ ਉਹਨਾਂ ਦਾ ਜਿਸ ਵੇਲੇ ਅੱਗੇ ਆਉਂਦਾ ਤਾਂ ਵਿਚਾਰਿਆਂ ਨੂੰ ਮੰਗਣਾ ਪੈਂਦਾ, ਕਿਸੇ ਦੀ ਮੁਥਾਜੀ ਕੱਢਣੀ ਪੈਂਦੀ ਹੈ, ਪਰ ਤੁਸੀਂ ਤਾਂ ਜਪਣ ਵਾਲੇ ਹੋ, ਤੁਹਾਡੀ ਤਾਂ ਅਸੀਂ ਸੇਵਾ ਕਰਨੀ ਹੈ, ਆਓ ਬੈਠੋ ਹੁਕਮ ਕਰੋ।
ਸੁਣਾ ਕੇ ਪਿਆ ਲੋਕਾਂ ਨੂੰ, ਆਖੇ ਵੀ ਜਪਣ ਵਾਲਾ ਮੇਰੇ ਅੱਗੇ ਹੱਥ ਪਸਾਰੀ ਬੈਠਾ। ਪਰ ਨਾਮਦੇਵ ਤਾਂ ਕਿਸੇ ਹੋਰ ਗੱਲ ਪਿੱਛੇ ਆਇਆ ਸੀ। ਆਖਣ ਲੱਗੇ, ਸੇਠ ਜੀ ਥੋੜੀ ਇੱਕ ਸੋਨੇ ਦੀ ਲੋੜ ਪੈ ਗਈ। ਸੋਚਿਆ ਵੀ ਕੋਈ ਵਿਆਹ ਸ਼ਾਦੀ ਕਰਨੀ ਹੋਏਗੀ, ਬਾਲ ਬੱਚੇ ਦੀ ਲੋੜ ਪੈ ਗਈ ਹੈ, ਚੰਗਾ ਬਈ ਕਿਤਨਾ ਕੁ। ਨਾਮਦੇਵ ਨੇ ਜੇਬ ਚੋਂ ਤੁਲਸੀ ਦਾ ਪੱਤਾ ਕੱਢਿਆ ਤੇ ਆਖਿਆ, ਇਹਦੇ ਨਾਲ ਤੋਲ ਕੇ ਬਸ ਇਤਨਾ ਕੁ। ਹਾਂ ਸੇਠ ਜੀ, ਇਤਨੀ ਲੋੜ ਹੈ, ਇਹ ਤਾਂ ਮੇਰੀ ਬੜੀ ਹਤਕ ਹੈ, ਇਤਨਾ ਕੁ ਸੋਨਾ ਦੇਣਾ ਤਾਂ ਮੇਰੀ ਨਿਰਾਦਰੀ ਹੈ। ਨਾ ਜੀ, ਮੈਂ ਤਾਂ ਇਸੇ ਪੱਤੇ ਨਾਲ ਤੋਲ ਕੇ ਲੈਣਾ। ਚੰਗਾ ਬਈ, ਮੁਨੀਮ ਨੂੰ ਆਖਿਆ ਲਿਆ ਕੰਡੀ। ਕੰਡੀ ਲਿਆਂਦੀ, ਪੱਤਾ ਰੱਖਿਆ ਇੱਕ ਪਾਸੇ, ਦੂਜੇ ਪਾਸੇ ਸੋਨੇ ਦਾ ਪੱਤਰਾ ਕੱਟ ਕੇ ਪਾਇਆ। ਜਿਸ ਵੇਲੇ ਚੁੱਕਿਆ ਤਾਂ ਤੁਲਸੀ ਦਾ ਪੱਤਾ ਭਾਰਾ, ਹੋਰ ਸੋਨਾ ਪਾਇਆ ਤਾਂ ਵੀ ਭਾਰਾ, ਹੋਰ ਪਾਇਆ ਤਾਂ ਵੀ ਭਾਰਾ, ਹੁਣ ਕੰਡੀ ਤੇ ਨਹੀਂ ਤੁਲ ਸਕਦਾ। ਆਖਿਆ ਕੰਡਾ ਲਿਆ। ਖਬਰ ਨਹੀਂ ਕੀ ਗੱਲ ਹੈ, ਹੱਥ ਤੇ ਲੈ ਕੇ ਪੱਤਾ ਤੋਲਦਾ, ਜੋਖਦਾ, ਕਹਿੰਦਾ ਭਾਰਾ ਤਾਂ ਕੋਈ ਨੀ ਖਾਸ, ਪਰ ਇਤਨਾ ਸੋਨਾ ਚੜ ਗਿਆ। ਕੰਡਾ ਲਿਆਂਦਾ, ਉਸ ਅੱਗੇ ਤੁਲਸੀ ਦਾ ਪੱਤਾ ਪਾਇਆ, ਪਿੱਛੇ ਸੋਨਾ ਥਰਿਆ, ਤੁਲਦਾ ਨਹੀਂ। ਆਖਿਆ ਤੱਕੜ ਲਿਆ ਵੱਡਾ, ਵੱਡਾ ਤੱਕੜ ਲਿਆਂਦਾ, ਤੋਲਿਆ ਤੇ ਜਦੋਂ ਫਿਰ ਵੀ ਨਾ ਤੁਲਿਆ, ਅਭਿਮਾਨ ਨੂੰ ਚੋਟ ਲੱਗੀ, ਕਿਵੇਂ ਤੋਲ ਕੇ ਦਿਆਂ ਇਸ ਪੱਤੇ ਬਰਾਬਰ। ਮੈਂ ਤੇ ਆਖਿਆ ਸੀ ਪੱਤੇ ਬਰਾਬਰ ਸੋਨਾ ਕੀ ਲੈਣੇ, ਵਧੀਕ ਮੰਗ। ਕੋਈ ਗੱਲ ਹੈ ਇਸ ਪੱਤੇ ਵਿੱਚ ਜਿਸ ਨਾਲ ਸੋਨਾ ਨਹੀਂ ਪਿਆ ਤੁਲਦਾ, ਹੋਰ ਪਾਇਆ, ਹੋਰ ਪਾਇਆ, ਹੋਰ ਪਾਇਆ, ਪਰ ਨਹੀਂ ਤੁਲਿਆ। ਆਖਿਰ ਸੇਠ ਨੇ ਪੁੱਛਿਆ, ਨਾਮਦੇਵ ਜੀ ਕਿਹੜਾ ਜਾਦੂ ਕੀਤਾ ਜੇ ਪੱਤੇ ਉੱਤੇ ਇਤਨਾ ਸੋਨਾ ਚਾਹ ਰਿਹਾ ਨਾਲ ਨਹੀਂ ਤੁਲਦਾ? ਤਾਂ ਨਾਮਦੇਵ ਨੇ ਆਖਿਆ, ਉੱਤੇ ਨਾਮ ਲਿਖਿਆ ਹੋਇਆ, ਨਾਮ ਲਿਖਿਆ ਹੋਇਆ, ਨਾਮ ਅਤੁਲ, ਨਾਮ ਅਮੋਲਕ, ਅਗਮ ਅਪਾਰਾ, ਨਾ ਕੋ ਹੋਆ ਤੋਲਣਹਾਰਾ। ਨਾਮ ਨੂੰ ਕੋਈ ਤੋਲ ਨਹੀਂ ਸਕਦਾ। ਸੇਠ ਜੀ, ਤੁਹਾਨੂੰ ਦਾਨ ਦਾ ਬੜਾ ਅਪਮਾਨ ਸੀ, ਇਸ ਵਾਸਤੇ ਮੈਂ ਆ ਗਿਆ ਹਾਂ ਇਹ ਦੱਸਣ ਵਾਸਤੇ ਵੀ ਨਾਮ ਕੀ ਹੈ। ਆ ਨਾਮ ਜੋ ਅਸੀਂ ਜਪਦੇ ਹਾਂ ਨਾ, ਨਾਮ ਪਰ ਗੁਰਮੁਖਾਂ ਦਾ ਜਪਿਆ ਨਾਮ, ਸੰਤਾਂ ਦਾ ਜਪਿਆ ਨਾਮ, ਕਿਉਂਕਿ ਇਕਾਗਰ ਹੋ ਕੇ ਨਾਮ ਜਪੀਵੇ ਉਸਦਾ ਹੋਰ ਫਲ ਹੈ। ਐਵੇਂ ਉੱਤੋਂ ਬੱਧਾ ਚੱਟੀ ਦੌੜ ਭੱਜ ਵਿੱਚ, ਇਸਦਾ ਫਲ ਬਹੁਤ ਥੋੜਾ ਹੈ। ਲੱਗਦਾ ਫਲ ਜ਼ਰੂਰ ਹੈ, ਜਪਿਆ ਵਿਅਰਥ ਨਹੀਂ ਜਾਂਦਾ, ਪਰ ਇਸਦਾ ਫਲ ਥੋੜਾ। ਜਿਵੇਂ ਕੋਈ ਦੁਚਿੱਤਾ ਹੋ ਕੇ ਕੰਮ ਕਰੇ ਤੇ ਕੰਮ ਉਸਦਾ ਹੁੰਦਾ ਨਹੀਂ। ਸਿਆਣੇ ਮਤ ਦਿੰਦੇ ਨੇ ਭਾਈ, ਇੱਕ ਚਿੱਤ ਹੋ ਕੇ ਕਰ। ਦੂਜੇ ਪਾਸੇ ਖਿਆਲ ਚਲਾ ਜਾਏ ਤੇ ਹਥੌੜੀ ਹੱਥ ਤੇ ਵੱਜ ਜਾਂਦੀ, ਕਿਲ ਠੋਕਦੇ ਆ। ਸਾਧ ਸੰਗਤ ਬੋਲੋ ਸ੍ਰੀ ਵਾ, ਆਖਦੇ ਨੇ ਦੁਚਿੱਤਾ ਹੋ ਗਿਆ ਸਰ। ਇਸੇ ਤਰ੍ਹਾਂ ਬਈ, ਦੁਚਿੱਤਾ ਹੋ ਕੇ ਨਾਮ ਨਾ ਜਪ, ਇੱਕ ਮਨ ਹੋ ਕੇ ਜਪ। ਰਾਮ ਰਾਮ ਸਭ ਕੋ ਕਹੇ, ਔਰ ਕਹਿਆ ਰਾਮ ਨਾ ਹੋਏ, ਗੁਰ ਪ੍ਰਸਾਦੀ ਰਾਮ ਮਨ ਵਸੈ। ਇਹ ਜਿਹਦੇ ਮਨ ਵਿੱਚ ਵਸਿਆ ਨਾ, ਉਹਨੇ ਪੱਤੇ ਤੇ ਲਿਖਿਆ, ਜਾਂ ਉਹਨੇ ਪੱਤੇ ਤੇ ਲਿਖਿਆ ਤਾਂ ਉਹਨੇ ਨਾਲ ਸੋਨਾ ਨਹੀਂ ਤੁਲਦਾ। ਅਭਿਮਾਨ ਟੁੱਟ ਗਿਆ ਸੇਠ ਦਾ, ਮੈਂ ਤਾਂ ਆਪ ਨੂੰ ਵੱਡਾ ਸਮਝਦਾ ਸਾਂ। ਨਾਮਦੇਵ ਨੇ ਆਖਿਆ, ਨਹੀਂ, ਬਨਾਰਸੀ ਤਪ ਕਰੇ, ਉਲਟ ਤੀਰਥ ਮਰੇ, ਅਗਨ ਦਹੇ, ਕਾਇਆ ਕਲਪ ਕੀਜੇ, ਅਸਮੇਧ ਜਗ ਕੀਜੇ, ਸੋਨਾ ਗਰਭਦਾਨ ਦੀਜੇ, ਰਾਮ ਨਾਮ ਸਰ ਤਉ ਨ ਪੁੱਜੇ।
ਸਾਹਿਬ ਆਖਦੇ ਨੇ ਨਾਮ ਤੁਲ ਕਛ ਅਵਰ ਨਾ ਹੋਏ। ਇਸ ਵਾਸਤੇ ਭਾਈ ਦਿਨ ਰਾਤੀ ਅਰਥ ਹੋ ਪਿਆਰੇ, ਐਡੀ ਕੀਮਤ ਹੈ ਨਾਮ ਦੀ ਜੇ ਸੁਬਾ ਸ਼ਾਮ ਨਿਤ ਨੇਮ ਨਾਲ ਜਪੋ। ਔਰ ਜਪਣ ਵੇਲੇ ਨਿਮਖ ਨ ਕੀਜੇ ਟੀਲਾ, ਕਿਉਂਕਿ ਬੰਦਾ ਆਇਆ ਹੀ ਜਪਣ ਵਾਸਤੇ ਹੈ। ਭਾਈ ਸਾਹਿਬ ਨੰਦ ਲਾਲ ਆਖਦੇ ਨੇ ਹਵਾਏ ਬੰਦਗੀ ਆਵੁਰਦ ਦਰ ਵਜੂਦ ਮਰਾ, ਹਵਾਏ ਅਬੁਰਦ ਦਰ ਵਜੂਦ ਮਰਾ, ਆਖਦਿਓ ਨਾਮ ਜਪ ਨਾਲੇ ਆਖਦਿਓ ਬਾਣੀ ਸੁਣ ਤੇ ਬਾਣੀ ਪੜ੍ਹ। ਜਦ ਨਾਮ ਜਪਣੇ ਤਾਂ ਫਿਰ ਨਾਮ ਹੀ ਜਪਣੇ, ਮੁੜ ਬਾਣੀ ਪੜ੍ਹੋ ਤੇ ਸੁਣੋ ਨਾਲ, ਇਹ ਕੀ ਪਏ ਆਖਦੇ ਹੋ? ਸਾਹਿਬ ਆਖਦੇ ਨੇ ਬਾਣੀ ਤੇ ਨਾਮ ਦਾ ਕੀ ਸੰਬੰਧ ਹੈ? ਪੂਰਾ ਥਾਟ ਬਣਾਇਆ ਪੂਰੇ, ਪੂਰਾ ਥਾਟ ਬਣਾਇਆ ਪੂਰੇ, ਕੋਈ ਅਣਜਾਣ ਬੱਚਾ ਪਿਓ ਨੂੰ ਪੁੱਛੇ ਤੂੰ ਤੇ ਆਖਣਾ ਚਾਰ ਪੈਸੇ ਖੱਟ ਕੇ ਲੈ ਆ, ਨਾਲੇ ਆਖਣਾ ਕੰਮ ਕਰ। ਤੇ ਹੁਣ ਪਿਤਾ ਜਾਣਦਾ ਵੀ ਕੰਮ ਕੀਤੇ ਬਿਨਾਂ ਤਾਂ ਕੁਝ ਖੱਟੀ ਹੁੰਦੀ, ਕੰਮ ਤੇ ਖੱਟੀ ਦਾ ਹੀ ਤਾਂ ਸੰਬੰਧ ਹੈ। ਸਾਹਿਬ ਆਖਦੇ ਨੇ ਨਾਮ ਤੇ ਬਾਣੀ ਦਾ ਕੀ ਸੰਬੰਧ ਹੈ? ਇਸ ਪ੍ਰਪੰਚ ਮੇ ਸਾਚੇ ਨਾਮ ਕੀ ਵਡਿਆਈ, ਸਭ ਵਡਿਆਈ ਸੱਚੇ ਨਾਮ ਕਿ ਜਿਤਨਾ ਪ੍ਰਪੰਚ ਪੈ ਤੱਕਦੇ ਹੋ, ਜੇ ਕਿਸੇ ਕੋਲ ਧਨ ਹੈ ਤਾਂ ਜਪਣ ਦੇ ਸਦਕੇ,
ਜੇ ਕਿਸੇ ਦਾ ਪੁੱਤਰ ਲਾਇਕ ਹੈ ਤਾਂ ਜਪਣ ਦੇ ਸਦਕੇ ਕਿਸੇ ਵੇਲੇ ਜਪਿਆ ਹੈ, ਉਸ ਜਪਣ ਨੂੰ ਫਲ ਲੱਗਾ। ਆ ਬ੍ਰਿਕਸ਼ ਦੇ ਉੱਤੇ ਹਰਿਆਵਲ, ਬ੍ਰਿਕਸ਼ ਦੇ ਉੱਤੇ ਫੁੱਲ, ਬ੍ਰਿਕਸ਼ ਦੇ ਨਾਲ ਲੱਗੇ ਫਲ, ਬ੍ਰਿਕਸ਼ ਦੇ ਹਰੇ ਪੱਤੇ, ਸੋਹਣੀ ਛਾਂ, ਇਹ ਸਾਰਾ ਜਿਤਨਾ ਇਸਦਾ ਆਕਾਰ ਹੈ ਪਤਾ ਜੇ ਕਿਵੇਂ ਬਣਿਆ। ਜਿਹਨੂੰ ਪਾਣੀ ਨਾ ਮਿਲਦਾ ਵੇਲੇ ਨਾਲ ਤੇ ਸੁੱਕ ਸੜ ਜਾਂਦਾ, ਨਾ ਇਸਦੀ ਹਰਿਆਵਲ ਹੁੰਦੀ, ਨਾ ਇਸਦੇ ਪੱਤੇ ਹੁੰਦੇ, ਨਾ ਇਸ ਨੂੰ ਫੁੱਲ ਲੱਗਦੇ, ਨਾ ਫਲ ਬਣਦੇ। ਇਹ ਸੁੱਕੀਆਂ ਟਹਿਣੀਆਂ ਕਿਸ ਕੰਮ ਆਉਂਦੀਆਂ? ਸੜ ਜਾਂਦੀਆਂ, ਬਾਲਣ ਬਣ ਕੇ ਬਲ ਜਾਂਦੀਆਂ। ਪਰ ਇਸਦੀਆਂ ਜੜ੍ਹਾਂ ਵਿੱਚ ਵੇਲੇ ਨਾਲ ਪਾਣੀ ਆਇਆ ਨਾ, ਜਿਹੜਾ ਇਹ ਹਰਿਆਵਲ ਉਹੀ, ਇਹ ਪੁਸ਼ਪ ਪੱਤੇ ਫਲ ਇਹ ਸਭੋ ਕੁਝ ਇਹ ਰਸ ਉਸੇ ਨੇ ਬਖਸ਼ਿਆ। ਮੁੱਢੋਂ ਰਸ ਆਇਆ ਤੇ ਤੋੜ ਪਾਂਧਾਂ ਤੱਕ ਪਹੁੰਚਿਆ। ਸਾਧ ਸੰਗਤ ਬੋਲੋ ਸ੍ਰੀ। ਇਸੇ ਤਰ੍ਹਾਂ ਸਾਹਿਬ ਆਖਦੇ ਨੇ ਇਸ ਪਰਪੰਚਮੇ ਸਾਚੇ ਨਾਮ ਕੀ ਵਡਿਆਈ, ਇਹ ਵਾਹਿਗੁਰੂ ਨੇ ਠਾਠ ਪੂਰਾ ਬਣਾਇਆ, ਕਿਉਂਕਿ ਆਪ ਪੂਰਾ ਹੈ, ਉਸਨੇ ਕੋਈ ਸ਼ੈ ਅਧੂਰੀ ਬਣਾਈ ਨਹੀਂ, ਸਭ ਕੁਝ ਪੂਰਾ ਬਣਾਇਆ ਹੈ। ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਤੇ ਮਤ ਕੋ ਧਰੋ ਗੁਮਨਾ। ਇਹ ਵਡਿਆਈ ਸੱਚੇ ਨਾਮ ਦੀ। ਹੁਣ ਇਹ ਪੁੱਛੇਗਾ ਵੀ ਨਾਮ ਕਿੱਥੇ ਹੈ, ਨਾਮ ਦਾ ਦਾਤਾ ਕੌਣ ਹੈ? ਵੀ ਬਾਗ ਨੂੰ ਪਾਣੀ ਲਾਉਣਾ, ਕਿੱਥੇ ਦਰਖਾਸਤ ਕਰਾਂ, ਕੌਣ ਪਾਣੀ ਦਿੰਦਾ? ਜਿਵੇਂ ਪੁੱਛਦਾ ਨਾ ਜਾ ਕੇ ਵੀ ਜੇ ਸਾਰੀ ਵਡਿਆਈ ਹੈ ਸੱਚੇ ਨਾਮ ਦੀ, ਕੋਈ ਨਾਮ ਦਾ ਦਾਤਾ ਵੀ ਹੋਵੇਗਾ ਨਾ ਜਿੱਥੋਂ ਮਿਲਦਾ। ਸਾਹਿਬ ਆਖਦੇ ਹਾਂ ਸਤਿਗੁਰ ਕੀ ਜਿਸ ਨੂੰ ਮਤ ਆਵੇ, ਜਿਹਨੇ ਗੁਰੂ ਤੋਂ ਮਤ ਲਈ ਹੈ ਨਾਮ ਉਸੇ ਨੂੰ ਮਿਲਿਆ। ਇਹ ਮਤ ਗੁਰੂ ਦਿੰਦਾ, ਜਨ ਨਾਨਕ ਕਹੋ ਗੁਰ ਇਹ ਮਤ ਦੀਨੀ, ਜਪ ਹਰ ਭਉ ਜਲ ਤਰਨਾ। ਇਹ ਸਤਿਗੁਰ ਕੀ ਜਿਸ ਨੂੰ ਮਤ ਆਵੇ, ਸਤਿਗੁਰ ਕੀ ਜਿਸ ਨੂੰ ਮਤ ਆਵੇ, ਸੋ ਸਤਿਗੁਰੂ ਮਾਹੇ ਸਮਾਨ। ਨਾਮ ਦਾ ਭੰਡਾਰ ਗੁਰੂ ਨਾਨਕ ਕੋਲ ਹੈ, ਜਿਸਨੇ ਗੁਰੂ ਕੀ ਮਤ ਲੈ ਲਈ ਹੈ ਉਸ ਭੰਡਾਰ ਵਿੱਚ ਉਹ ਭਾਈਵਾਲ ਬਣ ਗਏ। ਧਨਵੰਤ ਨਾਮ ਕੇ ਵਣਜਾਰੇ, ਸਾਂਝੀ ਕਰੋ ਨਾਮ ਦਨ ਖਾਟੋ। ਮਹਾਂਪੁਰਖ ਵੱਡੀਆਂ ਕਮਾਈਆਂ ਕਰਦੇ ਹਨ,
ਜਿਵੇਂ ਬਾਬਾ ਜੀ ਨੇ ਕੀਤੀ ਹੈ। ਕੌਣ ਬਣ ਜਾ ਰਿਹਾ ਹੈ ਐਡਾ, ਜਿਸਨੇ ਐਡਾ ਵਣਜ ਕੀਤਾ ਹੋ, ਸਾਰੀ ਸਾਰੀ ਰਾਤ ਕੇਸ ਬਣ ਕੇ ਖੜੋਤਿਆਂ ਗੁਜ਼ਰ ਗਈ। ਪਰ ਇਹ ਜੋ ਕੁਛ ਮਹਾਂਪੁਰਖ ਕਰਦੇ ਹਨ ਕੇਵਲ ਆਪਣੇ ਵਾਸਤੇ ਨਹੀਂ, ਉਹਨਾਂ ਵਾਸਤੇ ਜੋ ਉਸਦੀ ਸੰਗਤ ਕਰਦੇ ਹਨ, ਜੋ ਉਸਦੇ ਲੜ ਲੱਗਦੇ ਹਨ, ਜੋ ਉਸਦੀ ਸੰਗਤ ਵਿੱਚ ਆਣ ਕੇ ਬੈਠਦੇ ਹਨ ਇਸ ਭੰਡਾਰੇ ਵਿੱਚ, ਉਹ ਭਾਈਵਾਲ ਹੈ। ਸਾਹਿਬ ਆਖਦੇ ਨੇ ਧਨਵੰਤ ਨਾਮ ਕੇ ਬਣ ਜਾ ਰੇ, ਸਾਂਝੀ ਕਰੋ ਨਾਮ ਦਨ ਖਾਟੋ, ਗੁਰ ਕਾ ਸ਼ਬਦ ਵਿਚਾਰ। ਇਸ ਪ੍ਰਪੰਚ ਮੇ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ, ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਇਹ ਨਾਮ ਪੂੰਜੀ ਉੱਥੋਂ ਪ੍ਰਾਪਤ ਹੁੰਦੀ ਹੈ, ਪਰ ਨਿਰੀ ਪੂੰਜੀ ਕੁਛ ਨਹੀਂ ਕਰਦੀ। ਹੱਟੀ ਬਣਾ ਲਵੇ ਕਿਸੇ ਖੂੰਜੇ ਵਿੱਚ, ਪਾ ਲਵੇ ਕਿਤਨੀ ਪੂੰਜੀ, ਹੋਏ ਵਪਾਰੀਆਂ ਤੋਂ ਮਾਰਕੀਟ ਵਿੱਚ ਆਉਣਾ। ਇਸ ਵਾਸਤੇ ਜੋ ਸਿਆਣੇ ਹਨ, ਕਿਤਨਾ ਖਰਚਾ ਹੋ ਜਾਏ, ਆਖਦੇ ਨੇ ਦੁਕਾਨ ਮੌਕੇ ਦੀ ਹੋਵੇ, ਜਿੱਥੇ ਗਾਹਕਾਂ ਦੀ ਆਵਾਜਾਈ ਹੋਵੇ। ਆਖਿਆ ਨਾਮ ਦੀ ਪੂੰਜੀ ਭਾਵੇਂ ਮਿਲ ਗਈ ਹੈ ਕਿਸੇ ਨੂੰ, ਪਰ ਇਹ ਫਲਦਾ ਫੁਲਦਾ ਕਿੱਥੇ ਹੈ? ਸੰਗਤ ਵਿੱਚ ਆਣ ਕੇ। ਇਹ ਸੰਗਤ ਨਾਮ ਜਪਣ ਦੀ ਅਸਲ ਮਾਰਕੀਟ ਹੈ। ਤਾਂ ਹੀ ਆਖਿਆ ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਕਿਉਂਕਿ ਸੰਗਤ ਵਿੱਚ ਹੈ ਗੁਰੂ ਕੀ ਬਾਣੀ। ਇਹ ਬਾਣੀ ਜਿਸ ਵੇਲੇ ਇਸ ਬ੍ਰਿਕਸ਼ ਦੀਆਂ ਜੜਾਂ ਵਿੱਚ ਅੰਮ੍ਰਿਤ ਜਲ ਵਾਂਗੂ ਸੰਚਾਰ ਕਰਦੀ ਹੈ ਨਾ, ਤੇ ਫਿਰ ਇਸ ਦੀਆਂ ਟਹਿਣੀਆਂ, ਇਸਦੇ ਪੱਤੇ, ਇਸਦੇ ਫਲ, ਇਸਦੇ ਫੁੱਲ, ਸਭੋ ਕੁਝ ਰਸਦਾਇਕ ਹੋ ਜਾਂਦਾ। ਤਾਂ ਸਾਹਿਬ ਆਖਦੇ ਨੇ ਸਤਿਗੁਰੂ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰੂ ਮਾਹੇ ਸਮਾਨਾ। ਇਹ ਬਾਣੀ ਜੋ ਜੀਓ ਜਾਣੇ ਉਹਨੂੰ ਕੀ ਮਿਲਦਾ ਹੈ? ਇਹ ਬਾਣੀ ਜੋ ਪਿਆਰ ਨਾਲ ਸੁਣਦਾ ਪੜ੍ਹਦਾ ਹੈ, ਜਿਵੇਂ ਆਖਿਆ ਆਇਓ ਸੁਣਨ ਪੜ੍ਹਨ ਕਹੁ ਬਾਣੀ, ਬਾਣੀ ਸੁਣਦਿਆਂ ਪੜ੍ਹਦਿਆਂ ਕੀ ਮਿਲੇਗਾ? ਸਾਹਿਬ ਆਖਦੇ ਨੇ ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੇ ਹਰ ਨਾਮਾ, ਉਸਦੇ ਅੰਦਰ ਨਾਮ ਦੀ ਚੜੀ ਲੱਗ ਜਾਏ, ਨਾਮ ਦੀ ਫੁਹਾਰ ਪਵੇ। ਓਏ ਨਾਮ ਦੀ ਛਾਬਰ ਜਿਸ ਵੇਲੇ ਲੱਗੀ, ਉਸ ਵੇਲੇ ਤੂੰ ਵੀ ਅਗਾਂਹ ਪੁਕਾਰ ਕੇ ਆਖੇਗਾ ਕਿ ਸੁਣਨ ਪੜ੍ਹਨ ਕੋ ਪਾਣੀ, ਆਏ ਬਾਣੀ ਪੜ੍ਹਨ ਵਾਸਤੇ, ਆਏ ਬਾਣੀ ਸੁਣਨ ਵਾਸਤੇ, ਮਤਲਬ ਇੱਕੋ ਹੀ ਹੈ। ਪਰ ਤੂੰ ਕੀ ਕੀਤਾ? ਨਾਮ ਵਿਸਾਰ,
ਲੱਗੇ ਅਨ ਲਾਲਚ, ਨਾਮ ਭੁੱਲ ਗਿਆ ਤੇ ਮੇਲਾ ਚੰਗਾ ਲੱਗ ਗਿਆ, ਉਂਗਲੀ ਛੱਡ ਬੈਠਾ, ਫਿਰ ਬਾਪੂ ਤੋਂ ਵਿਛੜ ਗਿਆ। ਵਿਛੜਿਆ ਪਤਾ ਜੇ ਕੀ ਹੁੰਦਾ, ਅੱਗ ਪਈ ਵਲਦੀ ਸੀ, ਕੋਲੇ ਅੱਗ ਦਾ ਰੂਪ ਹੋ ਚੁੱਕੇ ਸਨ, ਪਰ ਇੱਕ ਕੋਲਾ ਜੋ ਉਛਲਿਆ ਉਹ ਬਾਹਰ ਜਾ ਪਿਆ, ਹੌਲੀ ਹੌਲੀ ਉਹ ਕਾਲਾ ਹੋ ਗਿਆ। ਇਹ ਤਾਂ ਰੋਜ਼ਮਰਾ ਦੀ ਬਾਤ ਹੈ, ਹਰ ਇੱਕ ਨੂੰ ਪਤਾ ਹੈ। ਕੋਲਾ ਜਿਸ ਵੇਲੇ ਅੱਗ ਤੋਂ ਵਿਛੜਿਆ, ਪਹਿਲਾਂ ਉਸਦਾ ਤੇਜ ਨਾ ਰਿਹਾ, ਕੋਈ ਉਂਗਲੀ ਨਹੀਂ ਸੀ ਲਾ ਸਕਦਾ, ਕਿ ਹੁਣ ਭਾਵੇਂ ਚੁੱਕ ਲੈ ਕੁਛ ਨਹੀਂ ਆਖਦਾ, ਤਪ ਤੇਜ ਹੈ ਹੀ ਕੋਈ ਨਾ। ਤੇ ਜਿਸਦਾ ਤਪ ਤੇਜ ਨਾ ਰਵੇ ਉਹ ਕੀ ਬਣ ਜਾਂਦਾ, ਉਹ ਕਾਲਾ ਹੋ ਜਾਂਦਾ। ਕਾਲਾ ਹੋ ਗਿਆ, ਕਿਸੇ ਨੂੰ ਦਇਆ ਆਈ, ਉਹਨੇ ਵੇਖਿਆ ਤੇਰਾ ਰੰਗ ਵੀ ਬਦਲ ਗਿਆ, ਤੇਰਾ ਤਪ ਤੇਜ ਕਿੱਥੇ ਚਲਾ ਗਿਆ, ਕਿਸੇ ਤਰ੍ਹਾਂ ਮੁੜ ਤੂੰ ਆਪਣੇ ਅਸਲੀ ਰੰਗ ਵਿੱਚ ਆ ਜਾਵੇਂ। ਤੁਹਾਨੂੰ ਸਿਆਣਪ ਹੋਈ, ਉਹਨੇ ਸੋਚਿਆ ਵੀ ਸ਼ਾਇਦ ਧੋਤਿਆਂ ਉਜਲਾ ਹੋ ਜਾਏਗਾ। ਉਹਨੇ ਸਾਬਣ ਲਾਇਆ, ਜਿਤਨਾ ਧੋਤਾ ਉਤਨੀ ਮੈਲ ਖਿਲਰੀ, ਦੁੱਧ ਦਹੀਂ ਵਿੱਚ ਪਾ ਕੇ ਰੱਖਿਆ, ਮੁੜ ਵੀ ਚਿੱਟਾ ਨਾ ਹੋਇਆ। ਬੜੀ ਚਿੰਤਾ ਵਿੱਚ ਬੈਠਾ ਕੀ ਕਰਾਂ। ਉਤੋਂ ਕੋਈ ਇਸ ਤੋਂ ਸਿਆਣਾ ਆਇਆ, ਵੱਡਾ ਸਿਆਣਾ। ਵੱਡੇ ਸਿਆਣੇ ਕੌਣ ਹਨ? ਗੁਰੂ ਕੇ ਸਿੱਖ। ਜੋ ਵਿਛੋੜੇ ਔਰ ਮਿਲਾਪ ਦੇ ਦੁੱਖ ਸੁੱਖ ਨੂੰ ਜਾਣਦੇ, ਜੋ ਜਪਣ ਨਾ ਜਪਣ ਦੇ ਫਰਕ ਨੂੰ ਜਾਣਦੇ ਹਨ, ਕਿਉਂ ਵੀ ਚਿੰਤਾ ਵਿੱਚ ਬੈਠਾ ਹੈ ਕਿ ਕਾਲਾ ਹੋ ਗਿਆ, ਤਪ ਤੇਜ ਤੋਂ ਰਹਿਤ ਹੋ ਗਿਆ, ਬੜਾ ਉਦਮ ਕੀਤਾ ਪਰ ਕੁਛ ਨਹੀਂ ਬਣਿਆ, ਦੋਤਾ ਵੀ ਹੈ ਇਸ ਨੂੰ, ਦੁੱਧ ਦਹੀਂ ਵਿੱਚ ਵੀ ਪਾ ਕੇ ਰੱਖਿਆ ਪਰ ਅਜੇ ਵੀ ਕਾਲਾ ਹੈ। ਉਹਨੇ ਆਖਿਆ ਇਸਦੀ ਇੰਜ ਕਾਲਖ ਜਾਣੀ ਨਹੀਂ, ਫਿਰ ਕਿਵੇਂ ਕਰਾਂ? ਉਹਨੇ ਆਖਿਆ ਜਿੱਥੋਂ ਇਹ ਵਿਛੜਿਆ ਇਹਨੂੰ ਉੱਥੇ ਜੋੜ ਦੇ। ਉਹਨੇ ਚੁੱਕ ਕੇ ਜਿਸ ਵੇਲੇ ਅੰਗੀਠੀ ਵਿੱਚ ਪਾਇਆ ਨਾ, ਅੱਗ ਦਾ ਸਪਰਸ਼ ਕੀਤਾ ਤੇ ਵੇਖਦਿਆਂ ਵੇਖਦਿਆਂ ਮੁੜ ਚਮਕ ਉੱਠਿਆ। ਉਹਨੇ ਆਖਿਆ ਇਹ ਕੀ ਅਸਚਰਜ ਹੈ? ਉਹਨੇ ਆਖਿਆ ਜੋ ਕੋਈ ਵੀ ਆਪਣੇ ਅਸਲੇ ਤੋਂ ਵਿਛੜਦਾ ਹੈ ਉਹ ਕਾਲਾ ਸਿਆਹ ਹੋ ਜਾਂਦਾ। ਇਸੇ ਤਰ੍ਹਾਂ ਇਹ ਜੀਵ ਆਪਣੇ ਅਸਲੇ ਤੋਂ, ਈਸ਼ਵਰ ਤੋਂ, ਵਾਹਿਗੁਰੂ ਤੋਂ, ਗੁਰੂ ਤੋਂ ਜਿਸ ਵੇਲੇ ਵਿਛੜਦਾ ਹੈ ਨਾਮ ਤੋਂ ਬਿਨਾਂ, ਤੇ ਸਿਮਰੀ ਦਿਨ ਸਭ ਰੈਨ ਆਪ ਦਿਆ ਸਰਵੀ ਪਾ, ਮੁਖ ਬੋਲੀ ਮਿਠੜੇ ਬੈਣ ਹਰ ਮੇਲੋ ਸੱਜਣ ਸੈਨ, ਜੋ ਜੀ ਹਰ ਤੇ ਵਿਛੜੇ ਸੇ ਸੁਖ ਨ ਕਬ ਪੈਨ। ਜਿਹੜੇ ਵਿਛੜ ਗਏ ਹਨ ਉਹ ਮੁੜ ਸੁੱਖ ਨਾਲ ਵਸੇ ਜੀ। ਆ ਕਈ ਆਖਦੇ ਹਨ ਜੀ ਬੜਾ ਕੰਮ ਕਰਦੇ ਹਾਂ ਪਰ ਕੁਛ ਨਹੀਂ ਬਣਦਾ, ਹੱਥ ਨਹੀਂ ਪੈਂਦਾ, ਕੀ ਕਰੀਏ, ਕੀ ਕਰ ਲੈਂਗਾ। ਨਾਮ ਜਪ, ਪਛਾਣਾ ਹੂੰ ਜਪਿਆ ਹੁਣ ਜਪ ਲੈ, ਜੇ ਜਪਿਆ ਹੁੰਦਾ ਤੇ ਇਹ ਚਿੰਤਾ ਨਾ ਹੁੰਦੀ, ਇਹ ਦੁੱਖ ਨਾ ਹੁੰਦੇ, ਇਹ ਕਾਰਜ ਅਧੂਰੇ ਨਾ ਰਹਿੰਦੇ। ਪ੍ਰਭ ਕੇ ਸਿਮਰਨ ਕਾਰਜ ਪੂਰੇ, ਹੁਣ ਜਪ ਲੈ, ਹੁਣ ਦਾ ਜਪਿਆ ਅਗਾਂਹ ਜਾ ਕੇ ਫਲੇਗਾ ਨਹੀਂ, ਇੱਥੇ ਹੀ ਫਲੇਗਾ। ਕਦੋਂ ਫਲੇਗਾ? ਬੜਾ ਚਿਰ ਹੋਇਆ ਜਪਦੇ ਹਾਂ, ਅਜੇ ਤੱਕ ਰੰਗ ਨਹੀਂ ਲੱਗੇ। ਆਖਿਆ ਜਿਤਨਾ ਕਰਜ਼ਾ ਦੇਣਾ ਹੀ ਪਹਿਲਾਂ ਉਹ ਨਿਬੜੇਗਾ ਨਾ,
ਹਜ਼ਾਰ ਰੁਪਈਏ ਦੀ ਆਮਦਨ ਹੋਵੇ ਮਹੀਨਾ, ਪਰ ਜੇ 10,000 ਦੇਣਾ ਕਿਸੇ ਨੂੰ, 10 ਮਹੀਨੇ ਪਹਿਲਾਂ ਉਹ ਲਵੇਗਾ ਨਾ। ਜਾਣੇ ਅੰਮ੍ਰਿਤਸਰ ਤੇ ਤੁਰ ਪਿਆ ਆਗਰੇ ਨੂੰ, ਜਾ ਕੇ ਪਤਾ ਲੱਗਾ ਮੈਂ ਤਾਂ ਭੁੱਲ ਗਿਆ, ਹੁਣ ਪਿਛਾਂ ਤੁਰਿਆ ਆਉਂਦਾ। ਜਿੰਨਾ ਚਿਰ ਦਿੱਲੀ ਪਹੁੰਚੇਗਾ ਇਹ ਤੇ ਪੈਂਡਾ ਉਸਦਾ ਅਜੇ ਕੁਛ ਨਹੀਂ ਹੋਇਆ। ਜਿਸ ਵੇਲੇ ਸਿੱਧੇ ਰਾਹ ਇੱਕ ਕਦਮ ਵੀ ਤੁਰੇਗਾ ਇਸਦੇ ਪੈਂਡੇ ਚ ਕੱਟਿਆ ਜਾਏਗਾ, ਇਸਦਾ ਪੈਂਡਾ ਮੁੱਕੇਗਾ। ਪਰ ਜਿੰਨਾ ਚਿਰ ਕੁਰਾਹੇ ਪਿਆ ਹੋਇਆ, ਜੇ ਮੁੜ ਕੇ ਵੀ ਪਿਆ ਆਉਂਦਾ, ਪੈਂਡਾ ਤਾਂ ਬਹੁਤ ਕੀਤਾ ਸੂ ਪਰ ਅਜੇ ਬਣਿਆ ਕੁਛ ਨਹੀਂ। ਇਸੇ ਤਰ੍ਹਾਂ ਵੀ ਪਹਿਲਾਂ ਨਾਮ ਨੇ ਪਾਪਾਂ ਨੂੰ ਸਾੜਨਾ, ਹੌਲੀ ਹੌਲੀ ਪਾਪ ਜਲਣਗੇ, ਨਾਮ ਵਿੱਚ ਰੁਚੀ ਵਧੇਗੀ, ਨਿਤਨੇਮ ਪ੍ਰਪੱਕ ਹੋਏਗਾ, ਫਿਰ ਏਡੀ ਪੀੜਾ ਹੋਵੇਗੀ ਨਾ ਜਪਣ ਵੇਲੇ ਕਿ ਅਬ ਇਹ ਪੀੜ ਮਹਾਪ੍ਰਬਲ ਭਈ। ਜਿਵੇਂ ਕੋਈ ਵੱਡੀ ਕੀਮਤੀ ਸ਼ੈ ਗਵਾਚ ਜਾਏ ਕਿੰਨੀ ਕੁ ਪੀੜਾ ਹੁੰਦੀ ਹੈ, ਰੋਣ ਨਿਕਲ ਜਾਂਦੀ। ਪਰ ਨਿਤਨੇਮ ਖੁੰਝ ਜਾਏ ਕਦੇ ਰੋਣ ਨਿਕਲਿਆ, ਕਦੇ ਜੀ ਕੀਤਾ ਵੀ ਅੱਜ ਰੋਟੀ ਨਾ ਖਾਵਾਂ, ਮੇਰਾ ਕੀ ਹੱਕ ਹੈ ਰੋਟੀ ਖਾਣ, ਅੱਜ ਮੈਂ ਪਾਣੀ ਨਹੀਂ ਪੀਣਾ ਕਿਉਂਕਿ ਮੇਰਾ ਨਿਤਨੇਮ ਖੁੰਝ ਗਿਆ, ਅੱਜ ਦਾ ਮੇਰਾ ਅੰਮ੍ਰਿਤ ਵੇਲਾ ਸੁੱਤਿਆਂ ਬੀਤ ਗਿਆ, ਮੈਂ ਰੋਟੀ ਪਾਣੀ ਦਾ ਕੀ ਹੱਕ ਰੱਖਦਾ। ਹੇ ਵਾਹਿਗੁਰੂ ਤੇਰੀਆਂ ਦਾਤਾਂ ਖਾ ਕੇ ਜੇ ਤੇਰਾ ਸ਼ੁਕਰ ਨਹੀਂ ਗੁਜ਼ਾਰਿਆ ਤਾਂ ਇਸ ਤੋਂ ਵੱਡਾ ਪਾਪ ਹੋਰ ਕਿਹੜਾ। ਭਾਈ ਸਾਹਿਬ ਨੰਦ ਲਾਲ ਆਖਦੇ ਨੇ, ਹਵਾਏ ਬੰਦਗੀ ਆ ਉਰਦ ਦਰ ਵਜੂਦ ਮਰਾ, ਵਗਰ ਨੇ ਸੋ ਕੇ ਚੁਣੀ ਆਮਦਨ ਨਬੂਦ ਮਰਾ, ਭਜਨ ਤੇਰੇ ਦੀ ਸਿੱਖ ਸਾਨੂੰ ਕਲਗੀਧਰ ਪਾਤਸ਼ਾਹ, ਸਾਨੂੰ ਤਾਂ ਤੇਰਾ ਭਜਨ ਕਰਨ ਦੀ ਸਿੱਖ ਹੈ ਨਾ ਜਿਹੜੀ, ਇਸ ਮਨੁੱਖ ਜਨਮ ਵਿੱਚ ਉਹ ਸਿੱਖ ਲਿਆਈ ਹੈ, ਨਹੀਂ ਤੇ ਕਿਹੜਾ ਕੰਮ ਸੀ ਜੋ ਹੋਰਨਾ ਜੂਨੀਆਂ ਵਿੱਚ ਨਹੀਂ। ਨਿੰਦਰਾ ਭੋਜਨ ਭੋਗ ਵੈ, ਨੀਂਦ ਮਨੁੱਖ ਤੇ ਪਸ਼ੂ ਦੀ ਬਰਾਬਰ, ਤੇ ਜਿਸ ਵੇਲੇ ਨੀਂਦੋਂ ਜਾਗਿਆ ਉਹ ਖੁਰਲੀ ਅੱਗੇ ਖੜੋ ਗਿਆ ਖਾਣ ਵਾਸਤੇ, ਇਹਨੇ ਆਖਿਆ ਭੁੱਖ ਲੱਗੀ ਹੈ ਰੋਟੀ ਦਿਓ, ਇਹਨੇ ਥਾਲ ਵਿੱਚ ਪਰੋਸ ਕੇ ਖਾ ਲਈ, ਉਹਨੇ ਖੁਰਲੀ ਵਿੱਚ ਖਾ ਲਿਆ ਜੋ ਕੁਝ ਖਾਣਾ ਸੀ, ਭੁੱਖ ਦੋਵਾਂ ਦੀ ਮਿਟ ਗਈ, ਪੇਟ ਭਰ ਗਿਆ ਬਰਾਬਰ। ਭੁੱਖ ਲੱਗੀ ਵੇਲੇ ਜਿਹੜਾ ਸਵਾਦ ਇਹ ਪਿਆ ਲੈਂਦਾ ਰੋਟੀ ਦਾ ਤੇ ਅੰਬ ਪਿਆ ਖਾਂਦਾ ਨਾਲ, ਹੋਰ ਕਈ ਤਰ੍ਹਾਂ ਦੀਆਂ ਸਬਜ਼ੀਆਂ ਸਲੂਣੇ ਤੇ ਮਿੱਠੀਆਂ ਚੀਜ਼ਾਂ, ਪਸ਼ੂ ਜਿਸ ਵੇਲੇ ਖਾਂਦਾ ਉਹਨੂੰ ਵੀ ਓਡਾ ਹੀ ਰਸ ਆਉਂਦਾ। ਨੀਂਦ ਵੀ ਬਰਾਬਰ ਤੇ ਭੁੱਖ ਵੀ ਬਰਾਬਰ, ਨਿੰਦਰਾ ਭੋਜਨ ਭੋਗ ਭੈ, ਬਾਲ ਬੱਚੇ ਮਨੁੱਖ ਨੂੰ ਵੀ ਪਿਆਰੇ ਹਨ, ਪਸ਼ੂ ਨੂੰ ਵੀ ਬਹੁਤ ਪਿਆਰੇ। ਗਊ ਦਾ ਬੱਚਾ ਜਰਾ ਕੁ ਛੱਡੋ ਨਾ ਇੱਕ ਪਾਸੇ ਲੈ ਜਾਓ ਰਸਤੇ ਤੁਰੰਤ, ਏਡਾ ਹੀ ਪਿਆਰਾ ਹੈ ਮਨੁੱਖ ਨੂੰ ਆਪਣਾ ਬੱਚਾ। ਨਿੰਦਰਾ ਭੋਜਨ ਭੋਗ ਭੈ, ਆਪਣੇ ਤੋਂ ਡਾਢਾ ਮਿਲ ਜਾਏ ਤਾਂ ਬੰਦਾ ਵੀ ਹੱਥ ਚਾਂ ਜੋੜਦਾ ਡਰ ਜਾਂਦਾ, ਤੇ ਪਸ਼ੂ ਨੂੰ ਡੰਡਾ ਵਿਖਾ ਦਿਓ ਵੀ ਡਰ ਜਾਂਦਾ, ਕਾਬੂ ਨਹੀਂ ਆਉਂਦਾ ਡੰਡਾ ਵਿਖਾ ਦਿਓ ਰੁਕ ਗਿਆ, ਹੁਣ ਮਾਰਦਾ ਨਹੀਂ ਡਰਦਾ, ਜਾਨ ਬਚਾਉਂਦਾ। ਆਖਿਆ ਇਹ ਸਾਰੀਆਂ ਗੱਲਾਂ ਬਰਾਬਰ ਹਨ, ਜੇ ਇਹੀ ਕੁਝ ਕਰਨਾ ਬੰਦੇ ਨੇ ਵੀ ਤਾਂ ਫਿਰ ਬੰਦੇ ਤੇ ਪਸ਼ੂ ਵਿੱਚ ਕਿਆ ਫਰਕ ਹੋਇਆ। ਨਹੀਂ, ਬੰਦੇ ਨੇ ਇੱਕ ਕੰਮ ਹੋਰ ਕਰਨਾ, ਕਿਹੜਾ? ਬੰਦੇ ਨੇ ਨਾਮ ਜਪਣਾ, ਬੰਦੇ ਨੇ ਬੰਦਗੀ ਕਰਨੀ ਹੈ, ਬੰਦੇ ਨੇ ਜਨਮਾਂ ਜੁਨੀਆਂ ਚੋਂ ਛੁੱਟ ਜਾਣਾ, ਮੁਕਤ ਹੋ ਜਾਣਾ, ਪਰ ਪਸ਼ੂ ਨੇ ਨਹੀਂ ਹੋਣਾ। ਉਹ ਜਿਹੜੇ ਕਰਮ ਕਰਕੇ ਇਸ ਜਨਮ ਜੁਨੀ ਵਿੱਚ ਪੈ ਗਿਆ ਹੈ ਇਹ ਗੇੜ ਹੁਣ ਪੂਰਾ ਕਰਕੇ ਹੀ ਆਵੇਗਾ। ਤੇ ਮਨੁੱਖ ਨੂੰ ਜਿੱਥੇ ਆਪਣੇ ਪੁੰਨ ਮਿਲ ਗਏ ਅੱਗੋਂ ਆਪਣੇ ਕੀਤੇ ਹੋਏ ਅੱਗੇ ਆਣ ਖੜੋਤੇ, ਉੱਥੋਂ ਹੀ ਉਸਦਾ ਕਾਂਟਾ ਬਦਲ ਗਿਆ।
ਆ ਜਿਹੜੇ ਹੁਣ ਪਿਆ ਕਰਨਾ ਨਾ, ਇਹ ਤੇਰੇ ਕਰਮ ਤੇਰੇ ਨਾਲ ਹਨ। ਕਿਸੇ ਵੇਲੇ ਇਹ ਤੇਰੀ ਜਾਨ ਦੀ ਰੱਖਿਆ ਕਰਨਗੇ, ਕਿਸੇ ਵੇਲੇ ਤੇਰੇ ਧਨ ਦੀ ਰਾਖੀ ਕਰਨਗੇ, ਕਿਸੇ ਵੇਲੇ ਤੇਰਾ ਪੁੱਤਰ ਬਿਮਾਰ ਹੋਏਗਾ ਤਾਂ ਦਵਾਈ ਬਣ ਕੇ ਲੱਗਣਗੇ। ਪਰ ਜੇ ਤੇਰੇ ਪੁੰਨ ਹੀ ਹਰ ਗਏ, ਨਾ ਕਿਸੇ ਨੇ ਧਨ ਦਾ ਪੈਰਾ ਦੇਣਾ, ਨਾ ਕਿਸੇ ਨੇ ਪੁੱਤਰ ਦੀ ਰਾਖੀ ਕਰਨੀ ਹੈ, ਨਾ ਕਿਸੇ ਨੇ ਆਪਣੀ ਰੱਖਿਆ ਕਰਨੀ ਹੈ। ਸਾਧ ਸੰਗਤ ਜਿਵੇਂ ਕੋਈ ਰੁਲਿਆ ਬੱਚਾ ਨਿਤਾਣਾ ਨਿਮਾਣਾ ਸਭ ਕਿਸੇ ਦੀਆਂ ਠੋਕਰਾਂ ਖਾਂਦਾ, ਇੰਝ ਉਹ ਬੰਦਾ ਲਾਵਾਰਸ ਹੋਇਆ ਦੁਨੀਆਂ ਵਿੱਚ ਧੱਕੇ ਖਾਂਦਾ ਫਿਰਦਾ। ਸਾਹਿਬ ਆਖਦੇ ਨੇ ਕਿਉਂ ਐਸੀ ਹਾਲਤ ਹੋ ਗਈ ਤੇਰੀ? ਨਾਮ ਜਪ ਪਿੱਛੇ ਨੂੰ ਜਪਿਆ, ਹੁਣ ਜਪ ਲੈ, ਹੁਣ ਦਾ ਜਪਿਆ ਅਗਾਂਹ ਵੀ ਫਲੇਗਾ, ਇੱਥੇ ਵੀ। ਇਹ ਹਲਤ ਪਲਤ ਮੁੱਖ ਉਜਲ ਹੋਈ ਹੈ, ਇਸ ਵਾਸਤੇ ਬਈ ਨਿਤ ਧਿਆਈ ਹੈ। ਹਰ ਪੁਰਖ ਨਿਰੰਜਣਾ ਜੈ ਹਰ ਸਿਮਰਨ ਭਇਆ, ਆਪਣੇ ਘਰ ਵਿੱਚ ਤੂੰ ਜਿੱਥੇ ਬਹਿ ਕੇ ਨਾਮ ਜਪੇਗਾ ਪਾਠ ਕਰੇਗਾ, ਤੇਰੀ ਉਹ ਥਾਂ ਸੁਹੇਲੀ ਹੋਵੇਗੀ, ਉਹ ਥਾਂ ਪੁੰਨਾ ਵਾਲੀ ਹੋ ਜਾਏਗੀ, ਉਹ ਥਾਂ ਤੇਰਾ ਪਹਿਰਾ ਦੇਵੇਗੀ। ਦੁੱਖ ਕਲੇਸ਼ ਆਉਣਗੇ ਤਾਂ ਉਹ ਥਾਂ ਅੱਗੇ ਢਾਲ ਬਣ ਕੇ ਖੜੋਤੀ ਹੋਵੇਗੀ, ਕਿਉਂਕਿ ਜੈ ਹਰ ਸਿਮਰਨ ਭਇਆ ਤੈ ਉਬਾਦ ਗਤ ਕੀ ਨੀ। ਇਸ ਵਾਸਤੇ ਸਾਹਿਬ ਆਖਦੇ ਨੂੰ ਬੜ ਭਾਗੀ ਹਰ ਜਪਣਾ, ਜਨ ਨਾਨਕੋ ਗੁਰ ਇਹ ਮਤ ਦੀਨੀ ਕਿਹੜੀ, ਜਪ ਹਰ ਭਉ ਜਲ ਤਰਨਾ। ਕਦੋਂ ਜਪਾਂ ਆਖਿਆ ਦਿਨ ਰਾਤੀ ਆਰਾਧੋ ਪਿਆਰੇ, ਦਿਨ ਰਾਤੀ ਆਰਾਧੋ ਪਿਆਰੇ। ਫਲ ਨਹੀਂ ਸਾਹਿਬ ਆਖਦੇ ਨੇ ਜਪਣ ਦੇ ਨਾਲ ਇੱਕ ਕੰਮ ਹੋਰ ਵੀ ਕਰ, ਕਿਹੜਾ? ਸੰਤ ਸੇਵਾ ਕਰ ਭਾਵ ਨਿਲਾਏ। ਸੇਵਾ ਭਾਵਨੀ ਸਹਿਤ, ਕੀ ਸਬੂਤ ਹੈ ਭਾਵਨਾ ਦਾ, ਕੀ ਸਬੂਤ ਹੈ ਸੰਤ ਸੇਵਾ ਦਾ? ਮੱਥਾ ਟੇਕਣਾ, ਪ੍ਰਸਾਦ ਰੱਖਣਾ ਨਹੀਂ। ਸਾਹਿਬ ਆਖਦੇ ਨੇ ਤਿਆਗ ਮਾਨ ਹਠੀਲਾ, ਇਹ ਹਠੀਲਾਪਨ ਛੱਡ ਦੇ, ਇਹ ਮਾਨ ਤਿਆਗ ਦੇ, ਕਿਉਂਕਿ ਮਾਨ ਤਿਆਗ ਕਰ ਭਗਤ ਠਗੋਰੀ, ਵਾਹਿਗੁਰੂ ਨੂੰ ਠੱਗ ਲਏਗਾ, ਠੱਗ ਕੀ ਲਏਗਾ, ਰਿਝਾ ਲਏਗਾ, ਮੋਹਿਤ ਕਰ ਲਏਗਾ, ਕਿਉਂਕਿ ਤੇਰਾ ਹੁਸਨ ਐਸਾ ਹੋ ਜਾਏਗਾ, ਤੇਰੀ ਸੁੰਦਰਤਾ ਐਸੀ ਹੋ ਜਾਏਗੀ ਕਿ ਉਹ ਸੌ ਤੈਨੂੰ ਵੇਖੇਗਾ। ਆ ਜਿਵੇਂ ਤੂੰ ਸੋਹਣੀਆਂ ਚੀਜ਼ਾਂ ਵੇਖਣਾ, ਵਾਹਿਗੁਰੂ ਨੂੰ ਵੀ ਸੋਹਣੇ ਮੁਖੜੇ ਚੰਗੇ ਲੱਗਦੇ, ਤੇ ਸੋਹਣੇ ਮੁੱਖ ਕਿਹੜੇ ਹਨ? ਜਿਹੜੇ ਨਾਮ ਜਪਦੇ ਹਨ। ਕਿਉਂਕਿ ਸਾਹਿਬ ਆਖਦੇ ਨੇ ਤਿੰਨਾ ਮੁੱਖ ਡਰਾਉਣੇ ਜਿੰਨੀ ਵੀ ਸਾਰਿਆ ਨਾਉ, ਨਾਨਕ ਅਣਦਿਨ ਬਿਲਪਤੇ ਜਿਉਂ ਸੁੰਜੇ ਗਰ ਕਾਉ।
ਕਦੇ ਸੁੰਝੇ ਘਰ ਦੇ ਮਨੇਰਿਆਂ ਤੇ ਬੈਠੇ ਕਾਂ ਨੂੰ ਵੇਖਿਆ ਜੇ ਕਾਂ ਕਾਂ ਕਰਦਾ ਹੈ, ਪਰ ਜਿਵੇਂ ਆਉਂਦਾ ਉੱਡ ਜਾਂਦਾ, ਟੁੱਕਰ ਨਸੀਬ ਨਹੀਂ, ਕਿਉਂਕਿ ਜਿਸ ਮਨੇਰੇ ਤੇ ਬੈਠਾ ਹੈ ਉਹ ਤਾਂ ਘਰ ਹੀ ਸੁਈਆਂ ਹੈ, ਉਸ ਵਿੱਚ ਤਾਂ ਕੋਈ ਵਸਦਾ ਹੀ ਨਹੀਂ। ਸਾਧ ਸਿੰਘ ਬੋਲੋ ਸੀ। ਇਸੇ ਤਰ੍ਹਾਂ ਜੀਵ ਆਤਮਾ ਤੇਰਾ ਕਾਂ ਵਾਂਗੂ ਕਾਂ ਕਾਂ ਕਰਕੇ ਉੱਡ ਜਾਏਗਾ, ਇੱਥੇ ਇਹਨੂੰ ਟੁੱਕਰ ਨਸੀਬ ਨਹੀਂ ਹੋਣਾ। ਵਸਦਾ ਘਰ ਸੋਹਣਾ ਲੱਗਦਾ ਤੇ ਉਜੜਿਆ ਘਰ ਕਿੱਡਾ ਡਰਾਉਣਾ ਲੱਗਦਾ। ਆਖਿਆ ਉਜੜਿਆ ਘਰ ਹੈ, ਇਸ ਵਾਸਤੇ ਨਾਮ ਨਾ ਜਪਣ ਵਾਲੇ ਦਾ ਮੂੰਹ ਅਖੇ ਡਰਾਉਣਾ ਹੋ ਜਾਂਦਾ। ਤੇ ਸੇਈ ਸੁੰਦਰ ਸੋਹਣੇ ਸਾਧ ਸੰਗ ਜੇ ਬਹਿਣ ਸਹਿ ਵਕਤ ਨੇ, ਮੈਨੂੰ ਬੜੇ ਸੋਹਣੇ ਲੱਗਦੇ ਹਨ ਜਿਹੜੇ ਸੰਗਤ ਚ ਬੈਠੇ ਹੋਏ ਹਨ। ਤੇ ਸੋਹਣਿਆਂ ਨੂੰ ਜਿਵੇਂ ਸਭ ਕੋਈ ਦੇਖਦਾ, ਸੋਹਣੀ ਚੀਜ਼ ਨੂੰ ਜਿਵੇਂ ਕੋਈ ਆਖਦੇ ਨੇ ਅਟਰੈਕਸ਼ਨ, ਕਿਉਂ ਬਈ ਸੋਹਣੀ ਚੀਜ਼ ਦੀ ਅਟਰੈਕਸ਼ਨ ਹੁੰਦੀ ਹੈ, ਖਿੱਚ ਹੁੰਦੀ ਹੈ, ਆਪੇ ਖਿੱਚਦੀ ਹੈ। ਇਸੇ ਤਰ੍ਹਾਂ ਜਿਸ ਵੇਲੇ ਤੂੰ ਬਹਿ ਕੇ ਨਿਤਨੇਮ ਕਰਨਾ, ਤੂੰ ਗੁਰੂ ਨਾਨਕ ਦੀ ਨਿਗਾਹ ਨੂੰ ਖਿੱਚਣ ਪਾਉਣ, ਤੇਰੇ ਗੁਰੂ ਦਾ ਉਸ ਵੇਲੇ ਤੇਰੇ ਵੱਲ ਮੁੱਖ ਹੁੰਦਾ। ਤੂੰ ਆਖਿਆ ਸੰਤ ਸੇਵਾ ਕਰ, ਭਾਵਨੀ ਲਾਈਏ ਔਰ ਤਿਆਗ ਮਾਨ ਹਠੀਲਾ। ਉਸ ਤੋਂ ਅੱਗੋਂ ਫਿਰ ਕੀ ਵੇਖੇਗਾ ਕਿ ਮੋਹਿਨ ਪ੍ਰਾਣ ਮਨ ਰੰਗੀਲਾ। ਉਹ ਤਾਂ ਮੇਰਾ ਪ੍ਰਾਣ, ਪ੍ਰਾਣਾ ਦਾ ਆਧਾਰ, ਔਰ ਰੰਗੀਲਾ ਹਰ ਪਾਸੇ ਰੰਗ ਹੀ ਰੰਗ ਹੈ ਉਸਦਾ, ਕੋਈ ਰੰਗ ਬਦਰੰਗ ਨਾ ਹੋਵੇਗਾ, ਕੋਈ ਰੰਗ ਫਿੱਕਾ ਨਹੀਂ ਪਏਗਾ, ਸਾਰੀ ਹਯਾਤੀ ਵਿੱਚ ਸਦਾ ਰੰਗ ਵਿੱਚ ਵਸੇਗਾ। ਕਈਆਂ ਨੇ ਬੜਾ ਧਨ ਵੇਖਿਆ ਪਰ ਅਖੀਰ ਤੇ ਆਣ ਕੇ ਬੁੱਢੇ ਹੋ ਗਏ, ਗਰੀਬ ਹੋ ਗਏ, ਰੰਗ ਬਦਰੰਗ ਹੋ ਗਏ। ਪੁੱਤਰ ਜਿਸ ਵੇਲੇ ਐਨ ਚੜ੍ਹਦੀ ਜਵਾਨੀ ਵਿੱਚ ਆਇਆ ਤਾਂ ਦਾਗ ਦੇ ਗਏ, ਰੰਗ ਬਦਰੰਗ ਕਰ ਗਿਆ। ਇਸੇ ਤਰ੍ਹਾਂ ਸਾਧ ਸੰਗਤ ਉਸਦਾ ਰੰਗ ਬਦਰੰਗ ਨਹੀਂ ਹੁੰਦਾ, ਜੋ ਜਪਦੇ ਹਰ ਹਰ ਦਿਨ ਸਰਾਤ ਤਿੰਨ ਹਾਂ ਕੁਰਬਾਣੀ। ਫਿਰ ਕੁਰਬਾਨ ਜਾਓ ਨਾ, ਹੁਣ ਵਾਰਿਆ ਆਪਣੇ ਗੁਰੂ ਤੋਂ, ਜਿਨ ਮੇਰਾ ਹਰ ਸੱਜਣ ਮਿਲਿਆ ਸੈਣ। ਉਹ ਸੱਜਣ ਸੈਣੀ ਕੌਣ ਹੈ? ਉਹ ਹਨ ਸੰਤ ਜਨ। ਸਹਿਬ ਆਖਦੇ ਨੇ ਭਾਈ ਸੰਤ ਸੇਵਾ ਕਰ, ਭਾਵਨੀ ਲਾਈਏ ਤਿਆਗ ਮਾਨ ਹਠੀਲਾ, ਫਿਰ ਮੋਹਿਨ ਪ੍ਰਾਣ ਮਨ ਰੰਗੀਲਾ। ਕਿੱਥੇ ਵਸਿਆ, ਕਿੱਥੇ ਵਸਿਆ? ਬਾਸ ਰਹੋ ਹੀ ਸਿਮਰਤ ਮਨ ਹੋਏ ਆਨੰਦਾ। ਉਹ ਜਿਸਦੇ ਸਿਮਰਨ ਨਾਲ ਏਡਾ ਆਨੰਦ ਆਉਂਦਾ, ਉਤਰੇ ਮਨੋ ਜੰਗੀਲਾ, ਮਨ ਤੋਂ ਜੰਗਾਲ ਉਤਰ ਜਾਂਦੀ ਹੈ। ਹੈਲੋ, ਇਹਨੂੰ ਜੰਗ ਲੱਗ ਜਾਏ ਤਾਂ ਬਾਕੀ ਕੀ ਰਹਿੰਦਾ? ਕੁਛ ਨਹੀਂ, ਮਿੱਟੀ ਹੋ ਜਾਂਦਾ। ਇਸੇ ਤਰ੍ਹਾਂ ਮਨ ਜੰਗਾਲਿਆ ਜਾਂਦਾ ਹੈ, ਇਹਨੂੰ ਜਰਾ ਕਿਸਾਨ ਤੇ ਚਾੜ ਚਮਕ ਪਏ। ਇਹ ਲੋਹਾ ਜੰਗਾਲਿਆ, ਜਰਾ ਰੇਤੀ ਨਾਲ ਰਗੜ ਦੇ, ਰੇਗ ਮਾਰਚਾਂ ਕਰ, ਸਾਫ ਕਰ ਲੈ, ਫਿਰ ਵੇਖ ਇਸ ਨੂੰ ਕਿਵੇਂ ਲਿਸ਼ਕਿਆ। ਇਸੇ ਤਰ੍ਹਾਂ ਮਨ ਜੰਗਾਲਿਆ ਜਾਂਦਾ ਹੈ ਜੇ ਨਾਮ ਨਾ ਜਪੇ। ਇਹ ਜੰਗਾਲ ਕਿਵੇਂ ਉਤਰੇ ਭਾਈ? ਇਹ ਜਪਣ ਨਾਲ ਉਤਰਦੀ। ਜਿਸ ਸਿਮਰਤ ਮਨ ਹੋਏ ਆਨੰਦਾ, ਉਤਰੇ ਮਨੋ ਜੰਗੀਲਾ। ਪਰ ਸਹਿਬ ਆਖਦੇ ਨੇ ਜਿਸ ਵੇਲੇ ਨਾਮ ਜਪ ਕੇ ਆਪਣੇ ਸਾਈ ਨੂੰ ਜਾ ਕੇ ਮਿਲਦਾ ਹੈ, ਮਿਲਵੇ ਕੀ ਮਹਿਮਾ ਵਰਨ ਨਾ ਸਕ। ਉਸ ਮਿਲਾਪ ਦੀ ਮੈਂ ਮਹਿਮਾ ਦਾ ਵਰਣਨ ਨਹੀਂ ਕਰ ਸਕਦਾ। ਉਹ ਕਿਤਨੀ ਕੁ ਹੈ? ਨਾਨਕ ਪਰੇ ਪਰੀਲਾ, ਉਹ ਪਰੇ ਤੋਂ ਪਰੇ ਹੈ, ਪਰੇ ਤੋਂ ਪਰੇ ਹੈ। ਉੱਥੋਂ ਤੱਕ ਕੋਈ ਪਹੁੰਚ ਕੇ ਵੇਖ ਕੇ ਨਹੀਂ ਕਹਿ ਸਕਦਾ ਕਿ ਕਿਤਨੀ ਕੁ ਹੈ। ਉਹ ਬੇਅੰਤ ਹੈ, ਬੇਸ਼ੁਮਾਰ ਹੈ। ਇਸ ਵਾਸਤੇ ਭਾਈ ਤਾਤਪਰਜ ਕੀ? ਨਾਮ ਜਪੋ। ਨਾਮ ਜਪਿਆ ਤਾਂ ਸਫਲ, ਜੇ ਸੰਗਤ ਵਿੱਚ ਆਓ ਔਰ ਭਾਵਨਾ ਸਹਿਤ ਆਓ, ਮਨ ਤੋਂ ਜੰਗਾਲ ਉਤਰੇ ਤੇ ਫਿਰ ਮਿਲੋ ਗੁਰੂ ਨਾਨਕ ਨੂੰ, ਤੇ ਜਨਮ ਜਨਮ ਹੋ ਗਿਆ ਸਫਲ। ਵਾਹਿਗੁਰੂ ਜੀ ਕਾ ਖਾਲਸਾ।